ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅਕਸਰ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਦੀਆਂ, ਕਿਸੇ ਨਾ ਕਿਸੇ ਵਿਸ਼ੇ 'ਤੇ ਗੱਲਬਾਤ ਕਰੀਦੀ ਹੈ, ਕੋਈ ਨਾ ਕੋਈ ਦੁਨੀਆਦਾਰੀ ਦੀ ਖਬਰ ਤੁਹਾਡੇ ਰੂਬਰੂ ਕਰੀਦੀ ਹੈ। ਮੁੱਕਦੀ ਗੱਲ ਇਹ ਕਿ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਦੀ ਗੱਲ ਪੰਜਾਬੀ ਵਿੱਚ ਤੁਹਾਡੇ ਨਾਲ ਕਰੀਦੀ ਹੈ ਅਤੇ ਅੱਜ ਵੀ ਗੱਲਾਂ ਆਪਾਂ ਪੰਜਾਬੀ 'ਚ ਕਰਨੀਆਂ। ਪਰ ਅੱਜ ਦਾ ਪ੍ਰੋਗਰਾਮ ਬਹੁਤ ਖਾਸ ਹੋਏਗਾ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ, ਕਿਉਂਕਿ ਅਗਰ ਅਸੀਂ ਮਨੋਰੰਜਨ ਦੀ ਗੱਲ ਕਰੀਏ ਤਾਂ ਮਨੋਰੰਜਨ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਆਉਂਦਾ ਉਹ ਆਉਂਦਾ ਸੰਗੀਤ ਦਾ। ਅਤੇ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ, ਸੰਗੀਤ ਦੀ ਆਪਣੀ ਭਾਸ਼ਾ ਹੁੰਦੀ ਹੈ ਜੋ ਕਿ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ। ਸੰਗੀਤ ਦੀ ਗੱਲ ਕਰੀਏ, ਪੰਜਾਬੀ ਸੰਗੀਤ ਦੀ ਗੱਲ ਕਰੀਏ, ਪੰਜਾਬੀ ਸੰਗੀਤ ਜਾਂ ਪੰਜਾਬੀ ਕਲਾਕਾਰ ਐਸੇ ਐਸੇ ਨੇ ਹੁਣ ਤੱਕ ਪੈਦਾ ਹੋਏ। ਅਸੀਂ ਗੱਲ ਅਗਰ ਕਰੀਏ ਮੁਹੰਮਦ ਰਫੀ ਸਾਹਿਬ ਤੋਂ, ਜਿਨ੍ਹਾਂ ਨੇ ਪੂਰੀ ਦੁਨੀਆ ਵਿੱਚ ਬਲਕਿ ਆਪਣਾ ਨਾਮ ਜਿਹੜਾ ਬਾਲੀਵੁੱਡ ਇੱਥੋਂ ਤੱਕ ਕਿ ਹਾਲੀਵੁੱਡ ਤੱਕ ਵੀ ਪਹੁੰਚਾਇਆ ਅਤੇ ਨਾਲ ਦੀ ਨਾਲ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ। ਸੋ ਅੱਜ ਸਾਡੇ ਘਰਾਂ ਵਿੱਚ ਬੈਠੇ ਦਰਸ਼ਕ ਸਮਝ ਗਏ ਹੋਣਗੇ ਵੀ ਖਾਸ ਪ੍ਰੋਗਰਾਮ ਜ਼ਰੂਰ ਕਿਸੇ ਖਾਸ ਵਜ੍ਹਾ ਨਾਲ ਅਤੇ ਖਾਸ ਕਲਾਕਾਰ ਵਾਸਤੇ ਹੀ ਹੋਏਗਾ। ਸੋ ਬਿਲਕੁਲ ਸਹੀ ਜੀ, ਤੁਸੀਂ ਸਹੀ ਪਹਿਚਾਣਿਆ, ਅੱਜ ਦਾ ਪ੍ਰੋਗਰਾਮ ਖਾਸ ਇਸ ਲਈ ਹੋਏਗਾ। ਵੈਸੇ ਤਾਂ ਅਗਰ ਅਸੀਂ ਅੱਜ ਕੱਲ੍ਹ ਦੀ ਗੱਲ ਕਰੀਏ ਜਾਂ ਮਹੀਨੇ ਦੋ ਮਹੀਨਿਆਂ ਦੀ ਗੱਲ ਕਰੀਏ ਤਾਂ ਅਮੈਰੀਕਾ ਦੇ ਵਿੱਚ ਸ਼ੋਆਂ ਦੀ ਭਰਮਾਰ ਹੋਈ ਪਈ ਹੈ, ਬਹੁਤ ਹੀ ਸ਼ੋਅ ਆ ਰਹੇ ਨੇ, ਬਹੁਤ ਸ਼ੋਅ ਆਏ ਹੋਏ ਨੇ। ਔਰ ਸਭ ਤੋਂ ਚੰਗੀ ਗੱਲ ਜਿਹੜੀ ਇਹਨਾਂ ਸ਼ੋਆਂ ਦੀ ਇਹ ਰਹੀ ਹੈ ਵੀ ਸ਼ੋਅ ਚਾਹੇ ਕਿਸੇ ਤਰ੍ਹਾਂ ਦਾ ਵੀ ਸੀ, ਸਾਡੇ ਪੰਜਾਬੀਆਂ ਨੇ ਉਹਨਾਂ ਨੂੰ ਪੂਰਾ ਹੁੰਗਾਰਾ ਦਿੱਤਾ ਸ਼ੋਆਂ ਨੂੰ, ਜਿੰਨੇ ਵੀ ਸ਼ੋਅ ਆਏ ਨੇ। ਪਰ ਅੱਜ ਮੈਂ ਜਿਸ ਸ਼ੋਅ ਦੀ ਗੱਲ ਕਰਨੀ ਹੈ ਉਹ ਬਿਲਕੁਲ ਵਿਲੱਖਣ ਸ਼ੋਅ ਹੈ, ਵਿਲੱਖਣ ਆਰਟਿਸਟ ਹੈ। ਆਰਟਿਸਟ ਵਿਲੱਖਣ ਇਉਂ ਹੈ ਕਿ ਉਹਨੇ ਬੜਾ ਨੀਓ ਉੱਠ ਕੇ ਪੰਜਾਬੀ ਮਾਂ ਬੋਲੀ ਤੋਂ ਸ਼ੁਰੂ ਕਰਕੇ ਬਾਲੀਵੁੱਡ ਤੱਕ ਆਪਣੇ ਝੰਡੇ ਗੱਡੇ ਆ। ਅਤੇ ਵਿਲੱਖਣ ਇਸ ਕਰਕੇ ਵੀ ਹੈ ਕਿ ਉਹ ਕਲਾਕਾਰ ਇਹ ਨਹੀਂ ਕਿ ਸਾਲ ਬਾਅਦ ਬਾਕੀ ਕਲਾਕਾਰਾਂ ਨੂੰ ਆਇਆ ਜੀ 5-7-10-20 ਸ਼ੋਅ ਕੀਤੇ ਅਤੇ ਮੁੜ ਕੇ ਫਿਰ ਵਾਪਸ ਇੰਡੀਆ ਚੱਲ ਗਏ ਅਤੇ ਫਿਰ ਸਾਲ ਬਾਅਦ ਆਏ ਅਤੇ ਫਿਰ ਸ਼ੋਅ ਪੈਸੇ ਲੈ ਅਤੇ ਇੰਡੀਆ ਚੱਲ ਗਏ ਸ਼ੋਅ ਕਰਕੇ। ਇਸ ਕਲਾਕਾਰ ਦੀ ਵਿਲੱਖਣਤਾ ਇਹ ਹੈ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ, ਔਰ ਬੜਾ ਸਾਊ ਜਿਹਾ ਜੋ ਕਿ ਮੈਂ ਵੈਸੇ ਗਾਣੇ ਕਈ ਲੋਕਾਂ ਨੂੰ ਉਹਨਾਂ ਦੇ ਗਾਣਿਆਂ 'ਤੇ ਥੋੜ੍ਹਾ ਬਹੁਤ ਇਤਰਾਜ਼ ਵਿੱਚ ਹੋਇਆ ਸੀ ਵੀ ਆਹ ਹੋਏਗੇ, ਪਰ ਉਹ ਕਮਰਸ਼ੀਅਲ ਗਾਣੇ ਜਿਹੜੇ ਹੈਗੇ ਨੇ ਆਏ ਨੇ, ਪਸੰਦ ਬਹੁਤ ਦੁਨੀਆ ਨੇ ਕੀਤੇ ਨੇ। ਮੈਂ ਕਹਿੰਦਾ 2-2, 250-250 million ਉਹਨਾਂ ਦੇ ਵਿਊਰ ਹੈਗੇ ਨੇ ਉਹਨਾਂ ਗਾਣਿਆਂ ਦੇ। ਪਰ ਅਗਰ ਵੈਸੇ ਗੱਲ ਕਰਾਂ ਪਰਸਨਲੀ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਇਹ ਕਲਾਕਾਰ, ਕਿਉਂਕਿ ਅਸੀਂ ਪਰਸਨਲੀ ਮਿਲੇ ਹੋਏ ਹੈਗੇ ਇਹਨਾਂ ਨੂੰ, ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ। ਅਤੇ ਪਰਸਨਲੀ ਤਾਂ ਇਉਂ ਕਹਿ ਲਓ ਜੀ 24 ਘੰਟੇ ਰੱਬ ਦਾ ਨਾਂ ਲੈਣ ਵਾਲੇ ਬੰਦੇ ਨੇ ਇਹ। ਮੈਂ ਅੱਜ ਗੱਲ ਕਰਨ ਲੱਗਿਆ ਜੀ 7 ਸਤੰਬਰ ਨੂੰ ਇੱਕ ਔਕਲੈਂਡ ਦੇ ਵਿੱਚ ਸ਼ੋਅ ਹੋ ਰਿਹਾ, ਇੱਕ ਅਤੇ ਇੱਕੋ ਇੱਕ, ਵਨ ਐਂਡ ਓਨਲੀ ਕੈਲੀਫੋਰਨੀਆ ਦੇ ਵਿੱਚ ਇੱਕੋ ਇੱਕ ਸ਼ੋਅ ਹੋਣ ਜਾ ਰਿਹਾ, ਦਿਲਜੀਤ ਦੁਸਾਂਝ ਦਾ, ਜਿਨ੍ਹਾਂ ਨੇ ਤੁਸੀਂ ਦੇਖਿਆ ਹਿੰਦੀ ਫਿਲਮਾਂ ਦੇ ਵਿੱਚ ਵੀ, ਅਗਰ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਕੰਮ ਵਿੱਚ ਕੀਤਾ, ਕੰਮ ਵੀ ਕੀਤਾ ਤਾਂ ਬਿਲਕੁਲ ਵਿਲੱਖਣ ਕੰਮ ਕੀਤਾ। ਇਹ ਨਹੀਂ ਕਿ ਧੜਾ ਧੜ ਕੰਮ ਕਰੀਏ, ਔਰ ਬਹੁਤ ਵਧੀਆ ਕੰਮ ਕੀਤਾ। ਉਹ ਵਾਕਿਆ ਹੀ ਉਹਨਾਂ ਨੂੰ ਜਿਹੜੇ ਸਾਡੇ ਦਰਸ਼ਕ ਪੰਜਾਬੀ ਜਾਣਦੇ ਹੋਣਗੇ, ਪਰਸਨਲੀ ਕਦੇ ਮਿਲੇ ਹੋਣਗੇ ਜਾਂ ਇਸ ਸ਼ੋਅ ਦੇ ਵਿੱਚ ਮਿਲਣਗੇ ਜਿਹੜਾ ਹੁਣ 7 ਸਤੰਬਰ ਨੂੰ ਹੋ ਰਿਹਾ, ਤਾਂ ਬਹੁਤ ਡਾਊਨ ਟੂ ਅਰਥ ਬੰਦਾ, ਬਹੁਤ ਪਿਆਰ ਨਾਲ ਗੱਲ ਕਰਨ ਵਾਲਾ ਬੰਦਾ, ਔਰ ਨਸ਼ਿਆਂ ਤੋਂ ਦੂਰ, ਜਦਕਿ ਪੂਰਾ ਮਤਲਬ ਪਰਮਾਤਮਾ ਦਾ ਨਾਮ ਲੈਣ ਵਾਲਾ ਦਿਲਜੀਤ ਦੁਸਾਂਝ। ਉਹਨਾਂ ਦੇ ਸ਼ੋਅ ਬਾਰੇ ਗੱਲ ਕਰਨੀ ਤਾਂ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਜਿਹੜੇ ਖਾਸ ਆਏ ਨੇ ਉਹਨਾਂ ਦਾ ਸਵਾਗਤ ਮੈਂ ਕੀਤਾ ਹੀ ਨਹੀਂ, ਪਹਿਲਾਂ ਹੀ ਗੱਲਾਂ ਮਾਰੀਆਂ ਨਾ ਤੁਹਾਡੇ ਨਾਲ। ਮਹਿਮਾਨ ਬੜੇ ਖਾਸ ਨੇ ਜੀ, ਇੱਕ ਤਾਂ ਸ਼ੋਅ ਕਰਨਾ, ਅਸੀਂ ਵੀ ਸ਼ੋਅ ਕਰਦੇ ਰਹੇ, ਬਾਹਰਲੇ ਮੁਲਕਾਂ 'ਚ ਸ਼ੋਅ ਕਰਨ ਆਉਂਦੇ ਰਹੇ ਹਾਂ, ਤਾਂ ਉਹਨਾਂ ਘਰੋਂ ਤੁਰਨ ਤੋਂ ਲੈ ਕੇ ਅਤੇ ਘਰ ਪਹੁੰਚਣ ਤੱਕ ਸਾਰਾ ਖਰਚਾ ਪ੍ਰਮੋਟਰ ਦਾ ਹੁੰਦਾ ਸੀ, ਸਾਰੀ ਟੈਨਸ਼ਨ ਪ੍ਰਮੋਟਰ ਦੀ ਹੁੰਦੀ ਸੀ, ਅਸੀਂ ਟੌਰ ਨਾਲ ਆਪਣਾ ਸ਼ੋਅ ਕਰਦੇ ਸੀ। ਇਹ ਤਾਂ ਖੈਰ ਬਹੁਤ ਹੀ ਵੱਡੇ ਪੱਧਰ ਦਾ ਸ਼ੋਅ ਹੈ, ਇਹਦੇ ਵਿੱਚ ਤਾਂ ਹੋਏਗਾ ਹੀ ਹੋਏਗਾ। ਸੋ ਅਕਸਰ ਅਸੀਂ ਸਟੇਜ ਦੇ ਉੱਪਰ ਜਿਹੜੇ ਸਾਡੇ ਹੁੰਦੇ ਨੇ ਕੰਮ ਕਰਨ ਵਾਲੇ ਕਲਾਕਾਰ, ਉਹਨਾਂ ਨੂੰ ਅਸੀਂ ਜਾਣਦੇ ਹੁੰਦੇ ਹਾਂ, ਉਹਨਾਂ ਨੂੰ ਮਿਲਦੇ ਹਾਂ, ਉਹਨਾਂ ਦੇ ਆਟੋਗ੍ਰਾਫ ਲੈਂਦੇ ਹਾਂ। ਪਰ ਸਟੇਜ ਦੇ ਪਿੱਛੇ ਇੱਕ ਬਹੁਤ ਵੱਡੀ ਭਾਈ ਦੌੜ ਹੁੰਦੀ ਹੈ, ਕਈ ਮਹੀਨਿਆਂ ਦੀ ਮਿਹਨਤ ਇਹੋ ਜਿਹੇ ਸ਼ੋਆਂ ਪਿੱਛੇ ਲੱਗਦੀ ਹੈ, ਉਹਨਾਂ ਨੂੰ ਅਸੀਂ ਘੱਟ ਜਾਣਦੇ ਹੁੰਦੇ ਹਾਂ, ਪਰ ਜ਼ਿਆਦਾਤਰ ਮੂਹਰੇ ਆਉਣਾ ਵੀ ਨਹੀਂ ਚਾਹੁੰਦੇ। ਪਰ ਅੱਜ ਅਸੀਂ ਇਹਨਾਂ ਨੂੰ ਰਿਕੁਐਸਟ ਕਰਕੇ, ਜਿਹੜੇ ਇਸ ਸ਼ੋਅ ਦੇ ਪ੍ਰਮੋਟਰ ਨੇ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਆਏ ਨੇ, ਇਸ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਸ਼ੋਅ ਉਹਨਾਂ ਨੇ ਕਰਾਏ ਨੇ। ਲਾਸਟ ਈਅਰ ਉਹਨਾਂ ਨੇ ਏ ਆਰ ਰਹਿਮਾਨ ਦਾ ਸ਼ੋਅ ਕਰਾਇਆ ਸੀ, ਜਿੱਥੇ 15,000 ਤੋਂ ਵੱਧ ਬੰਦਾ ਇਕੱਠਾ ਹੋਇਆ ਸੀ ਇਸ ਜਗ੍ਹਾ। ਅੱਜ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਭਾਜੀ ਤੁਸੀਂ ਦੇਖੋ ਹੈਗੇ ਹਿੰਦੀ ਬੋਲਦੇ ਨੇ, ਵੈਸੇ ਕੋਈ ਐਸੀ ਗੱਲ ਨਹੀਂ, ਪਰ ਆਪਣੀ ਪੰਜਾਬੀ ਵੀ, ਮੇਰੀ ਹਿੰਦੀ ਵੀ ਜਿਹੜੀ ਉਹ ਪੰਜਾਬੀ ਵਰਗੀ ਹੋਣੀ ਹੈ। ਅਤੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਜ਼ਰੂਰ ਆਓ ਮੈਂ ਨਾਲ। ਫਿਰ ਇਹ ਵੀ ਮੈਂ ਕਿਹਾ ਵੀ ਸ਼ਾਇਦ ਮੇਰੇ ਨਾਲ ਪਹਿਲੇ ਗੱਲ ਹੋਵੇ ਨਾ ਹੋਵੇ, ਫਿਰ ਮੈਂ ਇੱਕ ਹੋਰ ਮਹਿਮਾਨ ਨੂੰ ਨਾਲ ਰਿਕੁਐਸਟ ਕੀਤੀ, ਜੋ ਕਿ ਸਾਡੇ ਇੱਥੇ ਅਮਰੀਕਾ ਦੇ ਵਿੱਚ ਹੀ ਰਹਿੰਦੇ, ਬਹੁਤ ਵਧੀਆ ਕਲਾਕਾਰ, ਵਾਇਸ ਆਫ ਪੰਜਾਬ ਰਹੀ ਆ, ਅਸ਼ਮੀਤ ਨਰੂਲਾ, ਪਹਿਲਾਂ ਵੀ ਸਾਡੇ ਸ਼ੋਅ 'ਚ ਆ ਚੁੱਕੇ ਨੇ। ਫਿਰ ਮੈਂ ਉਹਨਾਂ ਨੂੰ ਨਾਲ ਲਿਆ, ਅੱਜ ਅਸੀਂ ਦੋ ਹੋਸਟ ਹਾਂ,
ਇੱਕ ਸਾਡਾ ਮਹਿਮਾਨ ਆ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਸੁਮੀਤ ਨਵੀਨ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਲਓ ਅਕਾਲ ਜੀ, ਜੀ ਇਹ ਸਾਡੇ ਨਵੀਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵੈਸੇ ਤੁਸੀਂ ਕਹਿੰਦੇ ਸੀ ਮਤਲਬ ਨਹੀਂ ਆਉਣਾ, ਕੈਮਰੇ ਕੇ ਅੱਗੇ ਪਿੱਛੇ ਠੀਕ ਹੈ, ਪਰ ਨਹੀਂ ਬਹੁਤ ਜ਼ਰੂਰੀ ਹੈ ਜੀ ਇਹ ਚੀਜ਼ਾਂ। ਸੋ ਪਹਿਲਾਂ ਸਭ ਤੋਂ ਤੁਹਾਡਾ ਜਸ ਪੰਜਾਬੀ ਅਤੇ ਸਾਡੇ ਸ਼ੋਅ ਦੇ ਵਿੱਚ ਸਵਾਗਤ ਹੈ। ਅਤੇ ਸੁਮੀਤ ਹੋਰ ਸੁਣਾਓ, ਠੀਕ ਹੈ? ਹਾਂਜੀ ਸਭ ਠੀਕ, ਬਹੁਤ ਅੱਛਾ ਲੱਗ ਰਿਹਾ ਹੈ ਇੱਥੇ ਆਣ ਕੇ ਕਿ ਅਸੀਂ ਯੂਨੋ ਜੱਗੀ ਜਲਵੇ ਜੱਗੀ ਦੇ 'ਤੇ ਆਏ ਹਾਂ। ਸੋ ਨਵੀਨ ਇਜ਼ ਅ ਵੈਰੀ ਯੂਨੋ ਓਲਡ ਫਰੈਂਡ ਆਫ ਮਾਈਨ, ਅਤੇ ਅਸੀਂ ਹੁਣ ਕਰਾ ਰਹੇ ਹਾਂ ਸ਼ੋਅ ਦਿਲਜੀਤ ਹੋਣਾ ਦਾ। ਅਤੇ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਹੜੇ ਪਰਦੇ ਦੇ ਪਿੱਛੇ ਹੁੰਦੇ ਨੇ ਉਹਨਾਂ ਨੂੰ ਅੱਗੇ ਵੀ ਆਉਣਾ ਚਾਹੀਦਾ ਹੈ। ਬਿਲਕੁਲ ਨਹੀਂ, ਅੱਗੇ ਤਾਂ ਚਲੋ ਮੇਰੀ ਕੋਸ਼ਿਸ਼ ਇਸ ਸਮੇਂ ਇਹ ਹੋਗੀ ਕਿ ਮੈਂ ਆਪ ਜੈਸਾ ਲੱਕੀ ਬਣੂੰ ਕਿ ਮੈਂ ਪੰਜਾਬੀ ਬੋਲਣਾ ਸਿੱਖੂੰ। ਲੇਕਿਨ ਇਟ ਇਜ਼ ਡੈਫੀਨੇਟਲੀ ਮੈਟਰ ਆਫ ਆਈ ਥਿੰਕ ਗ੍ਰੇਟ ਪ੍ਰਾਈਡ ਫੋਰ ਦ ਇੰਟਾਇਰ ਪੰਜਾਬੀ ਕਲਚਰ ਐਂਡ ਦ ਕਮਿਊਨਿਟੀ ਦੈਟ ਯੂ ਨੋ ਸਮਵਨ ਹੂ ਇਜ਼ ਸੋ ਹੰਬਲ ਐਂਡ ਡਾਊਨ ਟੂ ਅਰਥ ਲਾਈਕ ਦਿਲਜੀਤ ਭਾਜੀ ਇਜ਼ ਯੂ ਨੋ ਪਰਫਾਰਮਿੰਗ ਐਟ ਦ ਓਰਕਲ ਅਰੀਨਾ। ਆਈ ਥਿੰਕ ਇਟਸ ਅ ਮੈਟਰ ਆਫ ਗ੍ਰੇਟ ਪ੍ਰਾਈਡ ਫੋਰ ਦ ਇੰਟਾਇਰ ਕਮਿਊਨਿਟੀ। ਤੁਸੀਂ ਇੱਕ ਤਾਂ ਬੋਲਦੇ ਇੰਗਲਿਸ਼ ਹੈ ਕਿ ਬੋਲਦੇ ਬਹੁਤ ਹੈ। ਨਹੀਂ ਖੈਰ, ਇੱਕ ਨਵੀਨ ਜੀ ਬੜਾ ਸਵਾਲ ਇੱਕ ਆਮ ਤੌਰ 'ਤੇ ਹੁੰਦਾ ਜਿਹੜੇ ਅਸੀਂ ਸ਼ੋਅ ਕਰਨ ਆਉਂਦੇ ਜਾਂ ਕਲਾਕਾਰ ਆਉਂਦੇ ਨੇ ਸ਼ੋਅ ਕਰਨ, ਚਾਹੇ ਬਾਲੀਵੁੱਡ ਦੇ ਨੇ ਚਾਹੇ ਹਾਲੀਵੁੱਡ ਵਾਲੇ ਸ਼ੋਅ ਕਰਦੇ ਨੇ, ਉਹ ਆਪਣਾ ਸ਼ੋਅ ਅਸ਼ਮਿਤ ਕਰਕੇ ਚਲ ਗਏ ਘਰਾਂ ਨੂੰ। ਜਿਹੜੇ ਦੇਖਣ ਆਏ ਉਹ ਦੇਖ ਕੇ ਘਰਾਂ ਨੂੰ ਚਲ ਗਏ, ਜਿਹਨਾਂ ਨੂੰ ਵਧੀਆ ਲੱਗਿਆ ਉਹਨਾਂ ਨੇ ਤਾੜੀਆਂ ਮਾਰ ਦੇਣ, ਜਿਹਨਾਂ ਨੇ ਡਾਲਰ ਖਰਚ ਕੇ ਟਿਕਟਾਂ ਲਈਆਂ ਕਹਿਣਾ ਯਾਰ ਗੱਲ ਬਣੀ ਨਹੀਂ, ਬਾਤ ਬਣੀ ਨਹੀਂ। ਇਹ ਇੱਕ ਅਲੱਗ ਚੀਜ਼ ਹੈ। ਪਰ ਦਿਲਜੀਤ ਦੇ ਸ਼ੋਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਜਿਹੜੀ ਫੈਨ ਫਾਲੋਇੰਗ ਹੈਗੀ ਹੈ ਜਾਂ ਜੋ ਆਡੀਅੰਸ ਆਏਗੀ ਇਸ ਸ਼ੋਅ ਦੇ ਵਿੱਚ, ਉਹ ਸਿਰਫ ਪੰਜਾਬੀ ਨਹੀਂ ਹੋਏਗੀ, ਬਿਲਕੁਲ ਉਹ ਹਰ ਕਮਿਊਨਿਟੀ ਦੀ, ਈਵਨ ਇੰਡੀਆ ਤੋਂ ਹਰ ਕਮਿਊਨਿਟੀ ਦੀ, ਬਿਲਕੁਲ ਇੱਥੋਂ ਵੀ ਫਿਜ਼ੀ ਵਾਲੇ ਬਹੁਤ ਮੈਂ ਦੇਖੇ ਭਾਜੀ, ਫਿਜ਼ੀ ਵਾਲੇ ਜੋ ਹੈ ਉਹ ਬਹੁਤ ਫੈਨ ਆ ਦਿਲਜੀਤ ਦੇ ਸ਼ੋਅ ਵਾਸਤੇ, ਬਿਲਕੁਲ। ਸੋ ਕਰਵਾਉਣਾ ਕਿੰਨਾ ਕੁ ਔਖਾ ਸ਼ੋਅ, ਕਿੰਨਾ ਕੁ ਮੁਸ਼ਕਲ ਕੰਮ ਹੈਗਾ ਇਹ? You know, I think agar agar artist sahi hai jaise Diljit paaji hain aur unki bahut wide reach hai to hard work to har show mein hota hai, har koi promoter hard kaam karta hai, lekin I think Diljit paaji ki reach itni global hai agar main bol sakun ki Punjabi audience bhi unko dekhna chahti hai, jo urban Punjabi hai wo bhi unko dekhna chahti hai, jo younger audience hai jo yahan pe born and brought up hai America mein वो भी उनको देखना चाहती है। वो तो पागल है उनके तो, लिए तो उससे थोड़ा हमारा काम इजी हो जाता है, क्योंकि जो अभी तक हमें इंटरेस्ट आ रहे हैं, कॉल्स आ रहे हैं या मैसेजेस आ रहे हैं, वो आपने बिल्कुल सही कहा कि पंजाबी से भी कॉल आ रहे हैं, जो लोग बॉलीवुड फॉलो करते हैं उनसे भी कॉल आ रहे हैं, यू नो 60 ईयर ओल्ड फादर से भी कॉल आ रहे हैं और 20 साल के बच्चे से भी कॉल आ रहे हैं, तो वी आर गेटिंग कॉल्स फ्रॉम एवरीवन। हां, इसमें तो ये भी बहुत कट कलाकार के हिस्से चीज आती है जी, जो आपने बताई ये चीज, मेरी हिंदी आप हजम कर लेना थोड़ी बीच बीच में, इस शो में मैं पंजाबी भी सीख रही हूं। नहीं, मैं हैगी हां, मैं सारा अच्छा, ये चीज भी बहुत कट कलाकारों के हिस्से होती है, क्योंकि जे ऐसी बच्चे भी फैन ने, 3 साल का जो बच्चा थोड़ा बहुत बोलता है जी, जो थोड़ा बहुत उन्हें पंजाब समझ आती है, वो भी दिलजीत का गाना टीवी पे देख के तो नाल गाउंदा जी, और बुजुर्ग जड़े ने, बुजुर्ग भी बहुत ਅੱਛੇ ਸਾਡੇ ਪੰਜਾਬੀਅਤ ਨੂੰ ਸਿਹਤ ਦਿੰਦੇ ਵੀ ਗੀਤ ਗਾਏ ਨੇ, ਠੀਕ ਹੈ, ਇਹਨਾਂ ਨੇ ਕਮਰਸ਼ੀਅਲ ਗੀਤ ਵੀ ਗਾਏ ਆ ਪਰ ਸਿਹਤ ਦਿੰਦੇ ਗੀਤ ਵੀ ਬਹੁਤ ਗਾਏ। ਸੋ ਦਿਲਜੀਤ ਵੀ ਇੱਕ ਉਹਨਾਂ ਕਲਾਕਾਰਾਂ ਵਿੱਚੋਂ ਹੈ ਜਿਨ੍ਹਾਂ ਨੂੰ ਹਰ ਵਰਗ ਦੇ ਸਰੋਤਾ ਦਾ, ਦਰਸ਼ਕ ਦਾ ਪਿਆਰ ਮਿਲਿਆ। ਦੇਖੋ ਇਹ ਸਿਫਤ ਹੈ ਉਸ ਕਲਾਕਾਰ ਦੀ, ਉਹਦੀ ਮਿਹਨਤ ਹੈਗੀ ਹੈ ਕਿ ਉਹਨੇ ਕਿੰਨੇ ਟਾਈਮ ਪਹਿਲਾਂ ਸ਼ੁਰੂ ਕੀਤਾ ਅਤੇ ਅੱਜ ਉਹ ਕਿੱਥੇ ਕਿਹੜੀ ਥਾਂ 'ਤੇ ਆ ਗਿਆ ਹੈ। ਅਤੇ ਕਹਿ ਲਓ ਕਿ ਉਹਨੇ ਪੰਜਾਬੀ, ਹੀ ਹੈਜ਼ ਮੇਡ ਪੰਜਾਬੀ ਸੋ ਕੂਲ ਫੋਰ ਐਵਰੀਬਡੀ, ਸੋ ਯੰਗਰ ਆਡੀਅੰਸ ਨੂੰ ਜਿੱਦਾਂ ਕਿ ਉਹਨਾਂ ਨੇ ਕੈਪਚਰ ਕੀਤਾ, ਇਟਸ ਅਮੇਜ਼ਿੰਗ ਯੂ ਨੋ। ਸੋ ਬੱਚੇ ਆਲਸੋ ਵਾਂਟ ਟੂ ਲੁੱਕ ਲਾਈਕ ਹਿਮ, ਦੇ ਵਾਂਟ ਟੂ ਵੇਅਰ ਦ ਸੇਮ ਕਾਇੰਡ ਆਫ ਜੈਕਟ, ਸੇਮ ਕਾਇੰਡ ਆਫ ਬੂਟਸ, ਸਿੰਗ ਦ ਸੇਮ ਕਾਇੰਡ ਆਫ ਸੌਂਗ। ਸੋ ਇਹ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆਉਂਦੀ ਹੈ, ਬਟ ਸਾਨੂੰ ਬਹੁਤ ਮਾਣ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦਾ ਇੱਕ ਰੈਪ੍ਰੈਜੈਂਟੇਟਿਵ, ਸਾਡਾ ਆਪਣਾ ਬੰਦਾ ਅੱਜ ਬਾਲੀਵੁੱਡ ਦੇ ਵਿੱਚ ਸਾਨੂੰ ਸਾਡਾ ਨਾਂ ਰੌਸ਼ਨ ਕਰ ਰਿਹਾ, ਅਤੇ ਅਸੀਂ ਉਹਨੂੰ ਲੈ ਕੇ ਆ ਰਹੇ ਹਾਂ ਇੱਥੇ। ਸੋ ਆਈ ਐਮ ਵੈਰੀ ਹੈਪੀ ਫੋਰ ਦ ਹੋਲ ਪ੍ਰਮੋਟ ਯੂ ਨੋ ਦ ਪ੍ਰਮੋਟਰਸ ਟੀਮ ਐਂਡ ਦ ਪਾਰਟਨਰਸ ਐਂਡ ਆਲਸੋ ਆਡੀਅੰਸ, ਸੋ ਐਵਰੀਬਡੀ ਹੂ ਇਜ਼ ਕਮਿੰਗ ਟੂ ਦ ਸ਼ੋ, ਤੁਸੀਂ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ, ਪਲੀਜ਼ ਆਓ ਸ਼ੋ 'ਤੇ, ਸੋ ਵੀ ਵਿਲ ਇੰਜੋਏ ਇਟ ਟੁਗੈਦਰ। ਅੱਛਾ, ਇਹ ਜਿਹੜੀ ਗੱਲ ਕਹੀ ਹੈ, ਇੱਕ ਔਰ ਬੜੀ ਹਮਾਰੇ ਲਈ ਮਾਣ ਕੀ ਬਾਤ, ਬਿਲਕੁਲ ਪ੍ਰਾਈਡ ਪ੍ਰਾਊਡ ਹੈ ਜੀ। ਦਿਲਜੀਤ ਭਾਈ ਦੀ ਅਗਰ ਗੱਲ ਕਰਦੇ ਹੋ, ਬਹੁਤ ਸਾਰੇ ਬੱਚੇ ਉਹ ਜਦੋਂ ਇੰਟਰਨੈਸ਼ਨਲ ਟੀਵੀ ਚੈਨਲ 'ਤੇ ਆਉਂਦੇ ਨੇ, ਨੈਸ਼ਨਲ ਟੀਵੀ ਚੈਨਲਾਂ 'ਤੇ ਆਉਂਦੇ ਨੇ, ਤਾਂ ਬਹੁਤ ਸਾਰੇ ਬੱਚੇ ਉਹਨਾਂ ਨੂੰ ਦੇਖ ਕੇ ਪੱਗ ਬੰਨਣ ਲੱਗੇ ਨੇ ਜੀ। ਯੈਸ, ਪਗੜੀ ਕਿ ਦਿਲਜੀਤ ਭਾਜੀ ਪਗੜੀ ਬੰਨਦੇ ਜੀ, ਹਮ ਵੀ ਬੰਨਦੇਗੇ, ਠੀਕ ਹੈ। ਅਤੇ ਇਹ ਸ਼ੋਅ ਦੀ ਅਗਰ ਗੱਲ ਕਰੀਏ ਆਪਾਂ ਨਵੀਨ ਜੀ, ਸ਼ੋਅ ਜੋ ਹੋ ਰਿਹਾ ਉਸਕਾ ਰਿਸਪੋਂਸ ਤਾਂ ਬਹੁਤ ਅੱਛਾ, ਜੇ ਤਾਂ ਹਮਨੇ ਜੀ ਦੇਖ ਲਿਆ, ਬੇਰੀਆ ਵੀ ਗਏ ਥੇ, ਹਾਂਜੀ ਐਲ ਏ ਵੀ ਗਏ ਥੇ,
तो हमारे कुछ दोस्त जो उधर से सियाटल से भी आ रहे हैं इकट्ठे हो गए घूमने के लिए, तो शो का रिस्पॉन्स काफ़ी अच्छा है। और किस तरह मतलब जो पंजाबी लोग हैं जी, पंजाबी लोगों को कई बार ये हो जाता है ये शो ना बहुत वड्डा समझने लग पे यार, बहुत वड्डा शो यार, असं उत्थे जावे तो पता नहीं की होगा, क्योंकि शो वड्डा है ये कोई शक नहीं, दर्शक बहुत होंगे कोई शक नहीं। शो जिथे पंजाबी माँ बोली पंजाबी होएगा हिंदी होएगा उत्थे ये शो मैं समझदा कि बॉलीवुड तो भी उपर हॉलीवुड के लैवल की टैक्नीक जी टैक्नीकली बिल्कुल या स्टेज वाइज या बैंड वाइज टैक्नीकली मेरा ख्याल बॉलीवुड तो उपर हॉलीवुड स्टाइल होएगा, यही कोशिश है। बिल्कुल बिल्कुल। और यू नो प्रोडक्शन के बारे में मैं थोड़ा बताना चाहूँगा कि आई थिंक दिलजीत जी के अलावा एक और सुपरस्टार उस दिन होगा और वो होगा प्रोडक्शन। अच्छा। तो उसका उसका लेवल बहुत हाई है प्रोडक्शन का, और उसका मतलब ये होगा कि ये जो प्रोडक्शन की जो अटेम्प्ट की जा रही है ये कोई भी इंडियन कॉन्सर्ट के लिए भी अटेम्प्ट नहीं किया गया है। अच्छा। यहाँ पर बहुत सारे जैसे आपने कहा बॉलीवुड कॉन्सर्ट्स भी होते हैं, काफ़ी लेजेंडरी सिंगर्स आते हैं यहाँ पर, लेकिन हम भी शो बिजनेस में 5-6 साल से हैं, लेकिन ये इसकी जो हम टेक्निकल राइडर कहते हैं उसको, तो जब हमें टेक्निकल राइडर मिला तो एक दो हमारे टीम मेंबर तो वो थोड़े से नर्वस के नर्वस एनर्जी कि वो हंसने लगे कि इतने इतना बड़ा प्रोडक्शन कैसे हो सकता है। सो वो प्रोडक्शन हमने अप्रूव करवाया है ओरेकल अरीना से, और नेक्स्ट वीक हमारी प्रोडक्शन मीटिंग ऑलरेडी शुरू हो जाएगी। तो ये बहुत ही बड़े स्केल पे होने जा रहा है, जहाँ पे जो पीछे की जो LED स्क्रीन है करीबन 4000 स्क्वायर फुट की सिर्फ LED स्क्रीन है, उसमें कोई अभी हम लाइट नहीं गिन रहे हैं, कुछ इफेक्ट्स नहीं गिन रहे हैं। जो एक और चीज़ हम अटेम्प्ट करने जा रहे हैं जो है वो इंटरैक्टिव प्रोडक्शन, तो हम प्रॉप्स यूज़ करेंगे स्टेज पे, तो LED स्क्रीन से प्रॉप्स आएंगे स्टेज पे, विच विल बी मोर ऑफ अ इंटरैक्टिव काइंड ऑफ प्रोडक्शन विच इज़ वेरी मेन स्ट्रीम। तो पंजाबी कॉन्सर्ट एक तरफ, लेकिन इंडियन जो मेन स्ट्रीम इंडियन कॉन्सर्ट भी हुआ है वो आज तक इस प्रोडक्शन लेवल पे नहीं हुआ है। वैसे भी मेरा बेटा बहुत फैन है, वो भी मेरी नूह ही है, हम तब हैगी वो भी बहुत फैन ने, तो देख रहे ऑनलाइन देख रहे होंगे, वो कहते भी शायद मेरे ख्याल 2000 स्क्रीना भी लगनी है उसे, स्क्रीन जो है साइडों पे। बिल्कुल बिल्कुल। सो दो स्क्रीन तो होती हैं साइड पे, लेकिन जो मैं कह रहा हूँ वो एक हम LED की वॉल बना रहे हैं, तो क्योंकि आप जब ओरेकल अरीना पे आप स्टेज इंस्टॉल करते हो तो यूजुअली स्टेज जैसे हमने जब AR रहमान का शो किया था तो स्टेज हमारा करीबन 40 फुट का स्टेज था, इसकी स्टेज है करीबन 60 फुट और उसकी हाइट है 6 फुट, तो 6 फुट की हाइट है, 60 फुट का स्टेज है और उसके ऊपर से 4000 स्क्वायर फुट की सिर्फ LED वॉल है पीछे, तो ये बहुत ही बड़े स्केल पर है। So even the LED walls are even on the floor of the stage. So जो लोग ऊपर भी बैठे हैं, people who are arena के ऊपर बैठे हैं, दूर बैठे हैं, even on the floor उनको LED दिखाई देगी। तो ये कभी इंडियन कॉन्सर्ट में भी नहीं होगा। सो मैं जेडे दर्शक इस समय प्रोग्राम देख रहे हैं, अगर गलबात करनी चाहते हैं, जसवीर जी को भी गाने सुनने हैं, दिलजीत दी गल करनी है, और नाल दी नाल इस शो की अगर मैं थोड़ी जी जानकारी होर डिटेल दे साडे दर्शकों को दे दवां, दिलजीत जी नूं सारे जानते हैं, इंटरनेशनल स्टार हैगे, बहुत वधिया कलाकार ने, और इस शो दे विच उन्हां दी वक्री तरह की परफॉर्मेंस होएगी, और असी अक्सर TV चैनल ते हिंदी दे विच भी देखिया वो उत्थे भी पंजाबी तकरीबन गल करते हैं। सो तुसी भी दिलजीत दे शो जो कि ऑकलैंड दे विच हो रहा उसके बारे होर जानकारी असी तुहानूं देवांगे, फिलहाल ब्रेक लैंदे आ, देखते रहो जस पंजाबी। स्वागत है जी घरां विच बैठे दर्शकों का जी, साडे स्टूडियो विच मेहमान आए ने, इन्हां दा भी बहुत बहुत स्वागत जी दोबारा फिर। अच्छा गल्लां दे विच टाइम दा पता ही नहीं लगता जी, मैं तुहानूं पुछणा भुल गया, इनको नवीन जी पूछना भूल गया, कौन सी चक्की का आटा खाते हैं? 3 साल हमें पता है तो हम भी खा ले वो ऐसे भी खा रहे हैं। अच्छा दिलजीत की गल चल रही, दिलजीत भाई की गल चल रही थी, फिल्मों की गल करिए, छड़ा फिल्म जिहड़ी आई है साडे पंजाब दे विच, पहला ना पिंड दे विच इक छड़ा जरूर हुंदा सीगा, छड़ा जरूर सीगा, ब्याह हुंदा नहीं सी फिर वो बेचारा छड़ा रह जांदा सीगा, ते ये छड़ा फिल्म इन्हां ने बड़ी कंसैप्ट वखरा रखिया, और फिल्म की जिहड़ी ओपनिंग आई है जां फिल्म की सक्सैस आई है वो कह रहे बाहुबली, आपां एड्डी वड्डी फिल्म गिणदे आ, बाहुबली दे विच जिहड़ी उन्हां नूं ओपनिंग मिली है वह इहदे विच मिली आ। सो जैसे साडे दर्शक जिहड़े घरां विच बैठे आ इन्होंने भी जरूर देखी होगी फिल्म, छड़ा फिल्म कॉमेडी भी है ते नाल दी नाल जिहड़ी पूरा एक वखरा कंसैप्ट भी है। लो जी ए जादू हुंदा, देखो चाह कप है नहीं, हम आ गए कॉफी। चलो जी
ਤੁਸੀਂ ਕੈਨੇਡਾ ਜਾ ਰਹੇ ਹੋ ਨਾ ਤਾਂ ਹਾਂ ਹਾਂ ਜੀ ਹਾਂ ਜੀ ਕੈਨੇਡਾ ਮੇ ਸ਼ੋਰ ਆ ਦਿਲਜੀਤ ਦਾ ਤੋਂ ਅੱਛਾ ਦਿਲਜੀਤ ਦਾ ਤੁਹਾਨੂੰ ਕਿਹੜਾ ਗੀਤ ਪਸੰਦ ਜ਼ਿਆਦਾ ਮੈਨੂੰ ਉਹਨਾਂ ਦੇ ਬਹੁਤ ਸਾਰੇ ਗੀਤ ਪਸੰਦ ਨੇ ਜਿਹੜਾ ਮੇਰਾ ਫੇਵਰੇਟ ਹੈਗਾ ਉਹ ਹੈਗਾ ਪਟਿਆਲਾ ਪੈਗ ਪਟਿਆਲਾ ਪੈਗ ਮੇਰਾ ਲੈਂਬੋਰਗਿਨੀ ਪਟਿਆਲਾ ਪੈਗ ਤੇ ਇੱਕ ਇੱਕ ਟਰੱਕਾਂ ਵਾਲਾ ਗੀਤ ਹੈ ਨਾ ਉਹਦਾ ਖਰਚੀਲੀ ਦਾ ਖਰਚਾ ਲੱਖਾਂ ਉਹ ਮੈਨੂੰ ਬਹੁਤ ਪਸੰਦ ਹੈ ਗੀਤ ਉਹਨਾਂ ਦੇ ਕਾਫੀ ਬਹੁਤ ਵਧੀਆ ਸਾਰੇ ਆਏ ਅਗਰ ਭਗਤ ਸਿੰਘ ਦੇ ਗੀਤ ਦੀ ਗੱਲ ਕਰੀਏ ਫੈਨ ਭਗਤ ਸਿੰਘ ਦਾ ਸੂਰਮਾ ਗੀਤ ਆਏ ਨੇ ਇੱਕ ਸਭ ਤੋਂ ਵਧੀਆ ਜਿਹੜੀ ਚੀਜ਼ ਆਮ ਕਲਾਕਾਰ ਨਵੀਨ ਜੀ ਇਹ ਨਹੀਂ ਕਰਦੇ ਬਿਲਕੁਲ ਭਗਤ ਪੂਰਨ ਸਿੰਘ ਹੈ ਹਮਾਰੇ ਪੰਜਾਬ ਮੇ ਜੋ ਪਿੰਗਲਵਾੜਾ ਉਹਨੂੰ ਚਲਾਤੇ ਉਹਨਾਂ ਗੀਤ ਉਹਨਾਂ ਨੇ ਗਾਇਆ ਬਹੁਤ ਅੱਛਾ ਜੋ ਕਿ ਬਹੁਤ ਪਸੰਦ ਕੀਤਾ ਤੁਸੀਂ ਦੋ ਲਾਈਨਾਂ ਸੁਣਾਓ ਲੈਂਬਰਗਿਨੀ ਦੀ ਫਿਰ ਆਪਾਂ ਨਾਲ ਦੀ ਨਾਲ ਲਾ ਦਿੰਦੇ ਗੀਤ ਉਹ ਜੀ ਜ਼ਰੂਰ ਹਾਂਜੀ ਲੈਂਬਰਗਿਨੀ ਤੇ ਕਿਤੇ ਲਾਉਂਦਾ ਫਿਰ ਗੇੜੀਆਂ ਜਰੀਆਂ ਨਹੀਂ ਜਾਂਦੀਆਂ ਫਰੈਂਡਾ ਮੈਥੋਂ ਤੇਰੀਆਂ ਵੇ ਪੋਟਾ ਪੋਟਾ ਪਿੰਜਿਆ ਪਿਆ ਹਾਏ ਪਿੰਜਿਆ ਪਿਆ ਜਿਵੇਂ ਰੂਵੇ ਦਿਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੁਸ ਨੱਖਾ ਤੇਰਾ ਮੂਵੇ ਦਿਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੁਸ ਨੱਖਾ ਤੇਰਾ ਮੂਵੇ ਚੱਲੀਆਂ ਨਹੀਂ ਜਾਂਦੀਆਂ ਫਰੈਂਡਾ ਮੈਂ ਤੋਂ ਤੇਰੀਆਂ ਹਾਂਜੀ ਅੱਛਾ ਨਵੀਨ ਜੀ ਤੁਸੀਂ ਇੰਨੀ ਕਾਫੀ ਦੇਰ ਹੋ ਗਈ ਹੈ ਤੁਹਾਡੇ ਸ਼ੋਅ ਕਰਾਉਂਦੇ ਨੂੰ ਕਾਫੀ ਦੇਰ ਹੋ ਗਈ ਕਿੰਨੇ ਸਾਲ ਹੋ ਗਏ ਹਾਂਜੀ 5 ਸਾਲ ਹੋ ਗਏ 5 ਸਾਲ ਹਾਂਜੀ ਵੈਸੇ ਜੋ ਕੋਈ ਮਰੀਜ਼ ਜ਼ਿਆਦਾ ਦੇਰ ਹਸਪੀਟਲ ਮੇਂ ਰਹਿ ਜਾਂਦਾ ਹੈ ਤੋ ਆਧਾ ਡਾਕਟਰ ਬਣ ਜਾਂਦਾ ਹੈ ਹਾਂਜੀ ਤੋ ਆਪ ਵੀ ਥੋੜਾ ਬਹੁਤ ਤੋ ਗਾਣੇ ਲੱਗੇ ਹੋਗੇ ਨਹੀਂ ਮੈਂ ਗਾਣਾ ਜ਼ਰੂਰ ਗਾ ਸਕਦਾ ਹਾਂ ਲੇਕਿਨ ਉਸਕੇ ਬਾਅਦ ਬਾਕੀ ਲੋਕ ਕਾ ਕਿਆ ਹਾਲ ਹੋਗਾ ਉਹ ਮੈਂ ਉਸਕੀ ਕੋਈ ਗਾਰੰਟੀ ਨਹੀਂ ਦੇ ਸਕਦਾ ਅੱਛਾ ਤੋ ਅਸ਼ਮਿਤ ਤੁਸੀਂ ਮਤਲਬ ਸਾਡੇ ਦਰਸ਼ਕ ਵੀ ਹੈਰਾਨ ਥੋੜ੍ਹੇ ਸੋਚਦੇ ਹੋਣਗੇ ਸਵਾਲ ਉਹਨਾਂ ਦੇ ਜ਼ਿਹਨ ਦੇ ਵਿੱਚ ਹੋਏਗਾ ਅਤੇ ਤੁਸੀਂ ਵੀ ਇਸ ਜਿਹੜਾ ਸ਼ੋਅ ਹੋ ਰਿਹਾ ਜੀ ਤੇ ਤੁਸੀਂ ਉੱਥੇ ਪਰਫਾਰਮ ਨਹੀਂ ਕਰ ਰਹੇ ਪਰਫਾਰਮ ਦਿਲਜੀਤ ਭਾਜੀ ਕਰ ਰਹੇ ਇਸ ਜੀ ਹਾਂਜੀ ਅਸੀਂ ਪਰਫਾਰਮ ਉਹਨਾਂ ਕੋਲ ਉਹਨਾਂ ਨੂੰ ਬੁਲਾਇਆ ਅਸੀਂ ਸੱਦਿਆ ਹੈ ਪਰਫਾਰਮ ਕਰਨ ਵਾਸਤੇ ਆਪਾਂ ਤਾਂ ਕਰਦੇ ਰਹੇ ਆਪਾਂ ਉਹਨਾਂ ਨੂੰ ਮੌਕਾ ਪੂਰਾ ਹਾਂਜੀ ਬਿਲਕੁਲ ਉਹਨਾਂ ਦਾ ਸ਼ੋਅ ਹੈਗਾ ਤੇ ਅਸੀਂ ਵੀ ਆਰ ਦ ਪ੍ਰੋਮੋਟਰਸ ਵੀ ਆਰ ਫੈਸਿਲਿਟੇਟਰਸ ਵੀ ਵਿਲ ਪ੍ਰੋਵਾਈਡ ਐਵਰੀਥਿੰਗ ਦੈਟ ਹੀ ਨੀਡਸ ਟੂ ਅੱਛਾ ਕੋਈ ਕੀ ਹੋਰ ਖਾਸੀਅਤ ਇਸ ਸ਼ੋਅ ਦੀ ਕੀ ਰਹੇਗੀ ਜਿਹੜਾ ਆਪਾਂ 7 ਸਤੰਬਰ ਨੂੰ ਆਕਲੈਂਡ ਦੇ ਵਿੱਚ ਹੋ ਰਿਹਾ ਥੋੜਾ ਜਿਹਾ ਡਿਟੇਲ ਉਹਦੇ ਬਾਰੇ ਇਹ ਦੱਸੋ ਵੀ ਇਹਦੇ ਵਿੱਚ ਇੱਕ ਤਾਂ ਐਡਰੈਸ ਵਗੈਰਾ ਵੈਸੇ ਤਾਂ ਟੀਵੀ ਤੇ ਆ ਹੀ ਰਿਹਾ ਫਿਰ ਵੀ ਥੋੜਾ ਫੋਨ ਨੰਬਰ ਮੈਂ ਦੱਸ ਦੇਣਾ ਜਿਹੜੇ ਸਾਡੇ ਦਰਸ਼ਕ ਹੈਗੇ ਨੇ ਕੋਈ ਵੀ ਸਪੌਂਸਰਸ਼ਿਪ ਬਾਰੇ ਜਾਂ ਤੁਸੀਂ ਗੱਲਬਾਤ ਕਰਨੀ ਟਿਕਟਾਂ ਬਾਰੇ ਟਿਕਟਾਂ ਦਾ ਆਨਲਾਈਨ ਵੀ ਹੈਗੀ ਹੈ ਸੁਲੇਖਾ.com ਤੇ ਅਤੇ ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ ਫੋਨ ਨੰਬਰ ਜਿਹੜਾ ਨਵੀਨ ਜੀ ਦਾ ਹੈਗਾ ਉਹ 408-409-8331 408-409-8331 ਹੈਗਾ ਇੱਥੇ ਤੁਸੀਂ ਟਿਕਟਾਂ ਵਗੈਰਾ ਬੁੱਕ ਕਰਨੀਆਂ ਕਰ ਸਕਦੇ ਹੋ ਔਰ ਬਹੁਤ ਸਾਰੇ ਸਾਡੇ ਕਈ ਮੈਂ ਪੰਜਾਬੀ ਜਿਹੜੇ ਮਿਲਿਆ ਜੀ ਜਿਹਨਾਂ ਪੰਜਾਬੀਆਂ ਨੂੰ ਕਹਿੰਦੇ ਜੀ ਕੋਈ ਨਹੀਂ ਹਜੇ ਬਹੁਤ ਟਾਈਮ ਪਿਆ ਜਾਣਾ ਤਾਂ ਸਹੀ ਹੈਗਾ ਉਹ ਜਿਹੜਾ ਬਹੁਤ ਟਾਈਮ ਵਾਲਾ ਕੰਮ ਉਹਨੂੰ ਛੱਡ ਕੇ ਟਿਕਟਾਂ ਆਪਦੇ ਹੱਥਾਂ 'ਚ ਕਰੋ ਬਾਅਦ ਦੇ ਵਿੱਚ ਫਿਰ ਪਿੱਛੇ ਦੂਰ ਦੂਰ ਮਿਲਦੀਆਂ ਟਿਕਟਾਂ ਸ਼ੋਅ ਬਹੁਤ ਵੱਡਾ ਸ਼ੋਅ ਹੈਗਾ ਸੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਸ਼ੋਅ ਦੀਆਂ ਟਿਕਟਾਂ ਬਹੁਤ ਜਲਦੀ ਜਾ ਰਹੀਆਂ ਨੇ ਅਤੇ ਮੇਰੀ ਇਹੀ ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗੀ ਕਿ ਤੁਸੀਂ ਟਿਕਟਾਂ ਲੈ ਲਓ ਅਤੇ ਬਾਅਦ 'ਚ ਫਿਰ ਜੇ ਪ੍ਰੋਬਲਮ ਹੋਏਗੀ ਫਿਰ ਫਿਰ ਨਾ ਸਾਨੂੰ ਕਹਿਣਾ ਸੋ ਸੋ ਇਟਸ ਗੋਇੰਗ ਰੀਅਲੀ ਵੈਲ ਸੋ ਤੁਸੀਂ ਆਪਣੀ ਆਪਣੀਆਂ ਟਿਕਟਾਂ ਲੈ ਲਓ ਸੋ ਖਾਸੀਅਤ ਇਸ ਸ਼ੋਅ ਦੀ ਇਹ ਹੈਗੀ ਕਿ ਜੱਗੀ ਜੀ ਇਟਸ ਅ ਕੰਪਲੀਟ ਫੈਮਿਲੀ ਸ਼ੋਅ ਅਤੇ ਅਸੀਂ ਚਾਹਾਂਗੇ ਕਿ ਸਾਰੇ ਤੁਸੀਂ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਆਪਣੀ ਵਾਈਫਸ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਸਾਰਿਆਂ ਨੂੰ ਦਿਲਜੀਤ ਜੀ ਬਹੁਤ ਪਸੰਦ ਹੈਗੇ ਆ ਸੋ ਐਂਡ ਯੂ ਕੈਨ ਆਲਸੋ ਜੇ ਪੇਰੈਂਟਸ ਨੂੰ ਨਾ ਵੀ ਪਸੰਦ ਹੋਏ ਨਾ ਤਾਂ ਨਿਆਣਿਆਂ ਨੇ ਲੈ ਜਾਣਾ ਹੈ ਸਾਰੇ ਜਣੇ ਪਹਿਲਾਂ ਹੀ ਫੈਮਿਲੀ ਦਾ ਬਣਾ ਲਓ ਪ੍ਰੋਗਰਾਮ ਖਾਣੇ ਖੁਣੇ ਦਾ ਵੀ ਬਾਹਰ ਹੀ ਉਹ ਦਿਨ ਰੱਖ ਲਿਓ ਕਿਉਂਕਿ ਬਾਸਕਟਬਾਲ ਗੇਮਸ ਹੋਤੀ ਹੈ ਵਾਰੀਅਰਸ ਕਾ ਸਟੇਡੀਅਮ ਹੈ ਜਹਾਂ ਪੇ ਵਾਰੀਅਰਸ ਕੀ ਬਾਸਕਟਬਾਲ ਗੇਮ ਹੋਤੀ ਹੈ ਜੈਸੇ ਉਹਨਾਂ ਨੇ ਓਰੇਕਲ ਅਰੀਨਾ ਡਿਜ਼ਾਈਨ ਕੀਆ ਹੋਇਆ ਹੈ ਉਹ ਜੋ ਉਨਕੀ ਸੀਟਿੰਗ ਹੈ ਉਨਕੀ 3 ਲੈਵਲ ਕੀ ਸੀਟਿੰਗ ਹੈ ਯੂਜੁਅਲੀ ਜਬ ਕਾਨਸਰਟਸ ਹੋਤੇ ਹੈ ਏਕ ਤੋ ਫਲੋਰ ਹੋਤਾ ਹੈ ਔਰ ਏਕ ਹੋਤੀ ਹੈ ਬਾਲਕਨੀ ਯੂਜੁਅਲੀ ਮੋਸਟ ਪੰਜਾਬੀ ਕਾਨਸਰਟ ਜਾਂ ਇੰਡੀਅਨ ਕਾਨਸਰਟ ਕੇ 2 ਲੈਵਲ ਹੋਤੇ ਹੈ ਫਲੋਰ ਔਰ ਬਾਲਕਨੀ ਓਰੇਕਲ ਅਰੀਨਾ ਕੀ ਖਾਸੀਅਤ ਯੇ ਹੈ ਕਿ 3 ਲੈਵਲ ਹੈ ਏਕ ਹੈ ਫਲੋਰ ਏਕ ਹੈ ਲੋਅਰ ਸੈਕਸ਼ਨ ਉਸਕੇ ਬਾਅਦ ਬਾਲਕਨੀ ਆਤੀ ਹੈ ਤੋ ਇਸ ਇਨਕੀ ਜੋ ਸੀਟਿੰਗ ਕੀ ਜੋ ਉਹਨਾਂ ਨੇ ਓਵਲ ਸ਼ੇਪ ਸੀਟਿੰਗ ਰੱਖੀ ਹੋਈ ਹੈ ਹਰ ਸੀਟ ਸੇ ਆਪਕੋ ਸਟੇਜ ਦਿਖੇਗਾ ਸੋ ਇਟਸ ਅ ਓਵਲ ਸ਼ੇਪਡ ਅਰੀਨਾ ਜੀ ਬਿਲਕੁਲ ਉਸਕੇ ਬਹੁਤ ਫਾਇਦਾ ਗੱਲਾਂ ਪਤਾ ਹੋਰ ਵੀ ਕਰਾਂਗੇ ਇਹਨਾਂ ਦੇ ਨਾਲ ਹਜੇ ਹੋਰ ਵੀ ਬਹੁਤ ਕੁਛ ਜਾਣਨ ਨੂੰ ਹੈ ਗੱਲਾਂ ਪਤਾ ਕਰਨ ਨੂੰ ਹੈ
ਸ਼ਮੀਰ ਦੇ ਗਾਣੇ ਵੀ ਸੁਣਾਂਗੇ ਇੱਕ ਵਾਰ ਫਿਰ ਘਰਾਂ ਵਿੱਚ ਜਿਹੜੇ ਬੈਠੇ ਦਰਸ਼ਕ ਕਾਲ ਕਰਨੀ ਚਾਹੋ ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਤਾਂ ਜ਼ਰੂਰ ਕਾਲ ਕਰ ਸਕਦੇ ਹੋ, ਨੰਬਰ ਸਕਰੀਨ 'ਤੇ ਆ ਰਿਹਾ ਹੋਏਗਾ। ਪਰ ਜਿਹੜੀਆਂ ਜ਼ਰੂਰੀ ਚੀਜ਼ ਇਹ ਹੈ ਕਿ ਇਹ ਸ਼ੋਅ ਪੰਜਾਬੀ ਤਾਂ ਹੈ ਹੀ ਹੈ, ਪੰਜਾਬੀ ਦੇ ਨਾਲ ਨਾਲ ਸਾਨੂੰ ਇਹਦੇ ਵਿੱਚ ਇੱਕ ਟੈਕਨੀਕ ਜਿਹੜੀ ਹੈ, ਟੈਕਨੀਕ ਮਤਲਬ ਜਿਹੜਾ ਉੱਥੇ ਦੇਖਣ ਨੂੰ ਮਿਲਣਾ ਮਾਹੌਲ, ਉਹ ਬਾਲੀਵੁੱਡ ਤੋਂ ਵੀ ਉੱਪਰ ਹੋਏਗਾ, ਈਵਨ ਹਾਲੀਵੁੱਡ ਦੇ ਜਿਹੜੇ ਸ਼ੋਅ ਹੁੰਦੇ ਨੇ ਉਹਨਾਂ ਦੇ ਬਰਾਬਰ ਹੋਏਗਾ। ਕਿ ਇਹੋ ਜਿਹੇ ਸ਼ੋਆਂ ਦੇ ਨਾਲ ਇਹ ਪੰਜਾਬੀ ਮਾਂ ਬੋਲੀ ਪੂਰੀ ਦੂਜੀ ਕਮਿਊਨਿਟੀ ਦੇ ਵਿੱਚ ਵੀ ਪੂਰਾ ਨਾਮ ਹੁੰਦਾ ਜੀ। ਆਪਾਂ ਚਲੋ ਦੁਬਾਰਾ ਫਿਰ ਸ਼ੋਅ ਦੇ ਨਾਲ ਜੁੜਦੇ, ਇੱਕ ਹੋਰ ਪੰਜਾਬੀਆਂ ਦੇ ਦਿਮਾਗ ਸਾਰਿਆਂ ਦੇ ਦਿਮਾਗ ਦੇ ਵਿੱਚ ਹੋਏਗੀ ਕੁਐਸਚਨ, ਜਿਹੜਾ ਪਾਰਕਿੰਗ ਦਾ ਉੱਥੇ ਕੀ ਸਿਸਟਮ ਹੈ? ਪਾਰਕਿੰਗ ਦਾ ਓਰੇਕਲ ਅਰੀਨਾ ਮੈਂ ਬਹੁਤ ਬੜਾ ਪਾਰਕਿੰਗ ਲੋਟ ਹੈ ਵਹਾਂ ਪਰ, ਤੋ ਪਾਰਕਿੰਗ ਦਾ ਯੂਜਲੀ ਵਹਾਂ ਪੇ ਕਰੀਬਨ ਅਗਰ 12 ਜਾਂ 14 ਹਜ਼ਾਰ ਲੋਕ ਜਬੀ ਵੀ ਆਤੇ ਹੈ ਓਰੇਕਲ ਅਰੀਨਾ ਮੇਂ, ਤੋ ਵਹਾਂ ਪੇ ਪਾਰਕਿੰਗ ਤੋਂ ਆਰਾਮ ਸੇ 5-6 ਹਜ਼ਾਰ ਗਾੜੀਓਂ ਕੀ ਹੋਤੀ ਹੈ। ਪਾਰਕਿੰਗ ਯੂਜਲੀ ਪੇਡ ਹੋਤੀ ਹੈ ਬਟ ਯੂਜਲੀ ਰੀਜ਼ਨੇਬਲ ਹੋਤੀ ਹੈ, ਮਤਲਬ ਇੱਥੇ ਰੀਜ਼ਨੇਬਲ ਹੈਗੀ। ਹਾਂ, ਰੀਜ਼ਨੇਬਲ ਪੇਡ ਪਾਰਕਿੰਗ। ਹਾਂ ਨਹੀਂ, ਪਰ ਪਹਿਲਾਂ ਪੰਜਾਬੀ ਜਾਂਦੇ ਨੇ ਉੱਥੇ, ਜੀ 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 ਸਾਰੇ ਵੱਡੇ ਸ਼ੋਅ ਉੱਥੇ ਹੁੰਦੇ ਆ। ਪਰ ਇਸ ਵਾਰ ਜੋ ਵੈਸੇ ਤਾਂ ਜੋ ਕੋਈ ਸ਼ੋਅ ਵਧੀਆ ਸ਼ੋਅ ਆਉਂਦਾ ਵੈਸੇ ਸਭ ਲੋਕ ਦੇਖਦੇ ਹੀ ਨੇ, ਬਿਲਕੁਲ, ਪਰ ਇਸ ਸ਼ੋਅ ਦੀ ਅਗਰ ਗੱਲ ਕਰੀਏ ਦਿਲਜੀਤ ਦੇ ਸ਼ੋਅ ਦੀ, ਤਾਂ ਵੱਖਰਾ ਜਿਹਾ ਕਰੇਜ਼ ਲੋਕਾਂ ਦੇ ਵਿੱਚ ਹੈਗਾ, ਦੇਖਣ ਨੂੰ ਮਿਲਦਾ ਨਹੀਂ ਬੱਚਿਆਂ ਦੇ ਵਿੱਚ, ਲੇਡੀਜ਼ ਵਿੱਚ। ਬਿਲਕੁਲ, ਅਸੀਂ ਐਲਏ ਦੇ ਵਿੱਚ ਵੀ ਸਾਨੂੰ ਲੇਡੀਜ਼ ਮਿਲੀਆਂ ਸੀ, ਉਹ ਤੀਆਂ ਕਰਵਾਉਂਦੀਆਂ ਹੁੰਦੇ, ਉਹਨਾਂ 'ਚ ਬੜਾ ਕਰੇਜ਼ ਸੀ, ਤਾਂ ਉਹ ਕਹਿੰਦੇ ਵੀ ਜਲਦੀ ਜਲਦੀ ਤੁਸੀਂ ਐਂ ਕਰੋ ਵੀ ਲੰਚ 'ਤੇ ਗਏ ਸੀ, ਅਸੀਂ ਮੁੜ ਕੇ ਛੜਾ ਮੂਵੀ ਦੇਖ ਕੇ ਆਉਣੀ ਹੈ, ਔਰ ਛੜਾ ਮੂਵੀ ਵੀ ਉਹਨਾਂ ਦੀ ਬਹੁਤ ਵਧੀਆ ਰਹੀ ਹੈ ਜੀ। ਅਤੇ ਸ਼ਮੀਦ ਆਪਾਂ ਅਗਰ ਗੱਲ ਕਰੀਏ ਤਾਂ ਮੇਰੇ ਖਿਆਲ ਹੁਣ ਤਾਂ ਟਾਈਮ ਥੋੜ੍ਹਾ ਲੇਟ ਹੋ ਗਿਆ, ਸਾਡੇ ਦਰਸ਼ਕ ਚਾਹੁੰਦੇ ਹੋਣਗੇ ਕੋਈ ਸਵਾਲ ਪੁੱਛ ਕੇ ਉਹਨਾਂ ਕੋਲ, ਕੋਈ ਟਿਕਟ ਫਰੀ ਦਿੱਤੀ ਜਾਵੇ? ਹਾਂ ਜ਼ਰੂਰ ਜ਼ਰੂਰ, ਕਿਉਂ ਨਹੀਂ। ਅਤੇ ਤੁਸੀਂ ਇਨਫੋਰਮੇਸ਼ਨ ਦੇ ਦਿਓ ਕਿੱਥੇ ਉਹਨਾਂ ਨੂੰ ਕਾਲ ਕਰਨੀ, ਅਸੀਂ ਸਵਾਲ ਪੁੱਛ ਲੈਂਦੇ ਹਾਂ ਹੁਣੇ ਜੀ। ਸਾਡੇ ਜਿਹੜੇ ਦਰਸ਼ਕ ਹੈਗੇ ਨੇ ਘਰਾਂ ਵਿੱਚ ਬੈਠੇ, ਉਹਨਾਂ ਨੂੰ ਦੱਸ ਦਈਏ ਤੁਸੀਂ ਕਾਲ ਕਰਕੇ 1-844-324-1300 'ਤੇ ਟਿਕਟ ਅਗਰ ਜਿੱਤਣੀ ਚਾਹੁੰਦੇ ਹੋ ਤਾਂ ਸਵਾਲ ਦਾ ਜਵਾਬ ਦੇਣਾ ਪਏਗਾ। ਵੈਸੇ ਤਾਂ ਇਹ ਸ਼ੋਅ ਐਸਾ ਹੈ ਕਿ ਇਹਦੇ 'ਚ ਇਸ ਤਰ੍ਹਾਂ ਦਾ ਕੋਈ ਰੱਖਣ ਵਾਲਾ ਬਣਦਾ ਨਹੀਂ, ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਟਿਕਟ ਜਿਹੜੀਆਂ ਕਾਫੀ ਹੈਗੀਆਂ ਨੇ ਔਰ ਕੋਸਟਲੀ ਵੀ ਹੈਗੀਆਂ ਨੇ। ਫਿਰ ਵੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਸਾਡੇ ਜਸ ਪੰਜਾਬੀ ਦੇ ਦਰਸ਼ਕ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਟਿਕਟ ਫਰੀ ਦੇ ਸਕੀਏ। ਸੋ ਉਹਦੇ ਵਾਸਤੇ ਤੁਹਾਨੂੰ ਕਾਲ ਕਰਨੀ ਪੈਗੀ, ਸਮਾਂ ਅੱਜ ਥੋੜ੍ਹਾ, ਇਹ 'ਚ ਮੈਂ ਤੁਹਾਡੇ ਕੋਲ ਮੁਆਫੀ ਚਾਹੁੰਦਾ ਸਾਰਿਆਂ ਕੋਲ, ਅਗਲੀ ਵਾਰ ਅਸੀਂ ਜ਼ਰੂਰ ਸ਼ੁਰੂ ਤੋਂ ਇਹ ਚੀਜ਼ ਰੱਖਾਂਗੇ, ਕਿਉਂਕਿ ਹੁਣ ਕਾਲਾਂ ਲੈਣ ਵੀ ਲੱਗ ਪਏ, ਸਮਾਂ ਮੁੱਕ ਜਾਣ ਗੱਲਾਂ ਬਾਤਾਂ ਤੋਂ। ਹਾਂਜੀ, ਚਲੋ ਇੱਕ ਸਵਾਲ ਕਰ ਦਿਓ। ਸੋ ਖਾਸ ਜਸ ਪੰਜਾਬੀ ਦੇ ਦਰਸ਼ਕਾਂ ਵਾਸਤੇ ਸਵਾਲ ਇਹ ਹੈ ਕਿ ਦਿਲਜੀਤ ਦੋਸਾਂਝ ਦੀ ਪਹਿਲੀ ਮੂਵੀ ਕਿਹੜੀ ਸੀ ਤੇ ਕਿਹੜੇ ਸਨ ਵਿੱਚ ਆਈ ਸੀ? ਪਹਿਲੀ ਮੂਵੀ ਕਿਹੜੀ ਸੀ ਤੇ ਕਿਹੜੇ ਸਨ ਵਿੱਚ ਆਈ ਸੀ ਤੇ ਕਾਲ ਕਰਕੇ ਦੱਸੋ, ਨੰਬਰ ਦੁਬਾਰਾ ਤੁਹਾਨੂੰ ਜੱਗੀ ਜੀ ਦੇਣਗੇ। ਨੰਬਰ ਜਿਹੜਾ ਹੈਗਾ 844-324-1300, ਜਿੱਥੇ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ। ਪਰ ਤੁਸੀਂ ਨਾਲ ਦੀ ਨਾਲ ਇਹਦਾ ਜਵਾਬ ਜਿਹੜਾ ਹੈਗਾ, ਔਰ ਹੋ ਸਕਦਾ ਬਹੁਤ ਸਾਰੇ ਦਰਸ਼ਕ ਅੱਜ ਕੱਲ੍ਹ ਤਾਂ ਨਿਆਣੇ 1 ਮਿੰਟ ਲਾਉਂਦੇ ਗੂਗਲ 'ਤੇ ਜਾ ਕੇ ਦੇਖ ਕੇ ਆ ਜਾਣਾ, ਅਗਰ ਜ਼ਿਆਦਾ ਸਵਾਲ ਸਹੀ ਆਏ ਤਾਂ ਅਸੀਂ ਫਿਰ ਕੋਸ਼ਿਸ਼ ਕਰਾਂਗੇ ਵੀ ਅੱਜ ਅਸੀਂ ਟਿਕਟ ਅਨਾਊਂਸ ਨਹੀਂ ਕਰਾਂਗੇ, ਟਿਕਟ ਬਾਅਦ 'ਚ ਅਨਾਊਂਸ ਕਰਾਂਗੇ। ਠੀਕ ਹੈ ਜੀ, ਵੈਸੇ ਮੂਵੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੂਵੀ ਜਿਹੜੀ ਪਹਿਲੀ ਆਈ ਸੀ ਉਹ ਵੀ ਹਿੱਟ ਰਹੀ ਸੀ ਜੀ। ਚਲੋ ਜੀ, ਠੀਕ ਹੈ, ਉਹ ਦਰਸ਼ਕ ਦੱਸੋ ਜੀ ਜੀ ਜੀ। ਅੱਛਾ, ਤੁਸੀਂ ਕਿੱਦਾਂ ਹੁਣ ਗਾਇਕੀ ਵਗੈਰਾ ਦਾ, ਮਤਲਬ ਇੱਕ ਤਾਂ ਪੈਸੇ ਲੈਣੇ ਹੁੰਦੇ ਜਾ ਕੇ ਪ੍ਰਮੋਟਰ ਤੋਂ, ਇੱਕ ਹੁਣ ਦੇਣੇ ਪੈਣੇ, ਇਹ 'ਚ ਕੀ ਫਰਕ ਲੱਗਦਾ, ਕੀ ਮਹਿਸੂਸ ਹੁੰਦਾ? ਨਹੀਂ, ਬਹੁਤ ਅੱਛਾ ਮਹਿਸੂਸ ਹੋ ਰਿਹਾ ਹੁਣ ਮੈਨੂੰ ਇਸ ਸਾਈਡ ਤੇ ਆ ਕੇ, ਕਿਉਂਕਿ ਜੱਗੀ ਜੀ ਮੈਨੂੰ ਲੱਗਿਆ ਲੋਕੀ ਮੈਨੂੰ ਘੱਟ ਬੁਲਾਉਣ ਲੱਗ ਗਏ ਨੇ, ਚਲੋ ਮੈਂ ਇਹ ਬੁਲਾ ਲਵਾਂ ਜ਼ਰਾ ਬਹੁਤ ਅੱਛੇ ਅੱਛੇ ਸਿੰਗਰਾਂ ਨੂੰ, ਬਟ ਦੈਟਸ ਜਸਟ ਅ ਜੋਕ। ਤੇ ਮੈਨੂੰ ਇਹ ਹੈਗਾ ਸੀ ਕਿ ਆਪਣੇ ਜਿਹੜੇ ਬਹੁਤ ਅੱਛੇ ਕਲਾਕਾਰ ਨੇ ਜਿਹੜੇ ਪੰਜਾਬੀ ਮਾਂ ਬੋਲੀ ਨੇ ਸਾਨੂੰ ਦਿੱਤੇ ਨੇ, ਅਸੀਂ ਉਹਨਾਂ ਨੂੰ ਲੈ ਕੇ ਆਈਏ, ਅਸੀਂ ਉਹਨਾਂ ਨੂੰ ਪ੍ਰਮੋਟ ਕਰੀਏ। ਅਤੇ ਅਸੀਂ ਇਹੀ ਫੈਸਲਾ ਕੀਤਾ ਕਿ ਦਿਸ ਫੋਰ ਦਿਸ ਆਰਟਿਸਟ ਹੈ, ਆਈ ਵੀ ਨਹੀਂ ਪਿਛਲੇ 4-5 ਸਾਲਾਂ ਵਿੱਚ, ਤੁਸੀਂ ਨਹੀਂ ਦੇਖਿਆ ਦਿਲਜੀਤ ਦੋਸਾਂਝ ਇੱਥੇ ਅਮਰੀਕਾ ਦੇ ਵਿੱਚ, ਨਿਊ ਜਰਸੀ ਆਏ ਸੀ ਅਸੀਂ, ਉੱਥੇ ਦੇਖੇ ਸ਼ੋਅ ਦੋ ਪਹਿਲਾਂ ਬਹੁਤ ਸ਼ੋਅ, ਬਹੁਤ ਪਹਿਲਾਂ ਦੀ ਗੱਲ, ਹਾਂਜੀ, ਬਹੁਤ ਕਾਮਯਾਬ ਸ਼ੋਅ ਸੀ। ਜੀ ਜੀ ਜੀ, ਪਰ ਦੂਜੀ ਇੱਕ ਇਹ ਹੈ, ਥੋੜੀ ਤੁਹਾਡੀ ਸੌਰੀ ਗੱਲ ਕੱਟ ਰਿਹਾ, ਇਧਰ ਸ਼ੋਅ ਇਹ ਇੱਕੋ ਹੀ ਹੋਣਾ, ਇੱਕੋ ਸ਼ੋਅ ਵੈਸਟ ਕੋਸਟ ਦੇ ਵਿੱਚ, ਇੱਕੋ ਹੀ ਸ਼ੋਅ ਹੈ, ਔਰ ਇਹਦੇ 'ਚ ਵਾਕਿਆ ਹੀ ਸੱਚੀ ਮੇਰੇ ਖਿਆਲ ਐਰੀਜ਼ੋਨਾ ਤੋਂ ਵੀ ਬਹੁਤ ਲੋਕ ਆਉਣਗੇ, ਐਲਏ ਤੋਂ, ਨਵਾਡਾ ਤੋਂ, ਹਾਂਜੀ, ਸਾਰੇ ਸੈਂਡੀਏਗੋ ਤੋਂ, ਸੀਐਟਲ ਤੋਂ, ਕਾਫੀ ਕਾਲਸ ਐਕਚੁਅਲੀ ਸੈਂਡੀਏਗੋ ਸੇ ਕਾਫੀ ਆ ਰਹੇ ਹਨ, ਬੇਕਰਸਫੀਲਡ, ਸੈਕਰਾਮੈਂਟੋ, ਸਾਰੀ ਥਾਵਾਂ ਤੋਂ, ਯੂ ਨੋ ਜੀ। ਹਾਂ, ਤੁਸੀਂ ਕੁਝ ਕਹਿ ਰਹੇ ਸੀ, ਹਾਂ ਦੁਬਾਰਾ ਮੈਂ ਵਿੱਚੋਂ ਕੱਟ ਤੀ ਸੀ ਗੱਲ ਤੁਹਾਡੀ। ਨਹੀਂ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਬਹੁਤ ਅੱਛੇ ਆਰਟਿਸਟ ਨੂੰ ਲੈ ਕੇ ਆ ਰਹੇ ਹਾਂ, ਜਿਹੜਾ ਕਿ ਨਾ ਹੀ ਸੂਰਤ ਦਾ ਪਰ ਸੀਰਤ ਦਾ ਵੀ ਬਹੁਤ ਸੋਹਣਾ ਹੈ, ਤੇ ਆਪਣੇ ਗਲੇ ਗਲੇ ਵਿੱਚ ਉਹਨਾਂ ਦੇ ਜਿਹੜਾ ਜਿਹੜੀ ਮਿਠਾਸ ਵੱਸਦੀ ਹੈ, ਉਹ ਸਾਰੇ ਪੰਜਾਬੀਆਂ ਨੂੰ, ਸਾਰੇ ਹਿੰਦੁਸਤਾਨੀਆਂ ਨੂੰ, ਸਾਰੇ ਯੂ ਨੋ ਵਰਲਡ ਨੂੰ ਬਹੁਤ ਪਸੰਦ ਆਉਂਦੀ ਹੈ, ਤੇ ਸਾਡੀ ਇਹੀ ਆਸ ਹੈ ਕਿ ਬਹੁਤ ਅੱਛਾ ਸ਼ੋਅ ਜਾਏ ਜੀ। ਬਿਲਕੁਲ, ਤੁਸੀਂ ਫਿਰ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਟਿਕਟਾਂ ਵਾਸਤੇ, 408-409-8331 ਨਵੀਨ ਜੀ ਦਾ ਨੰਬਰ ਹੈਗਾ। ਟਿਕਟਾਂ ਜਾਂ ਕੋਈ ਸਪੋਂਸਰਸ਼ਿਪ ਤੁਸੀਂ ਦੇਣੀ ਚਾਹੁੰਦੇ ਹੋ, ਕਿਉਂਕਿ ਇੰਨੇ ਵੱਡੇ ਸ਼ੋਅ ਦੇ ਜਿੱਥੇ 15-18 ਹਜ਼ਾਰ ਲੋਕ ਇਕੱਠੇ ਹੋਣਗੇ,
ਤਾਂ ਉਹਦੇ ਵਿੱਚ ਤੁਸੀਂ ਸਪੋਂਸਰਸ਼ਿਪ ਦਿਓਗੇ ਤਾਂ ਬਿਜ਼ਨਸ ਨੂੰ ਕੁਦਰਤੀ ਗੱਲ ਹੈ ਜੀ ਵਾਧਾ ਹੁੰਦਾ ਹੈ ਜੀ। ਸੋ ਇਹਦੇ ਵਾਸਤੇ ਵੀ ਇਹੀ ਨਵੀਨ ਜੀ ਇਹ ਨੰਬਰ ਤੋਂ ਬਿਲਕੁਲ ਸਪੋਂਸਰਸ਼ਿਪ ਵਾਸਤੇ ਹਾਂਜੀ ਪਰਫੈਕਟ ਸਪੋਂਸਰਸ਼ਿਪ ਕੇ ਲਈ ਜਾਂ ਗਰੁੱਪ ਟਿਕਟਸ ਐਕਚੁਅਲੀ ਕਾਫੀ ਲੋਕਾਂ ਕਾ ਕਾਲ ਆ ਰਿਹਾ ਹੈ ਕਿ ਉਹਨੇ ਹਮਾਰੇ ਦੋ ਕਾਲ ਆਏ ਥੇ 80 ਲੋਕ ਸਾਥ ਮੇਂ ਬੈਠਣਾ ਚਾਹਤੇ ਹੈਂ ਅੱਛਾ ਤੋ ਵੋ ਆਪਣੇ ਫੈਮਿਲੀਜ਼ ਕੋ ਯੂ ਨੋ ਕੋ 8-10 ਲੋਕ ਸਿਆਟਲ ਸੇ ਫਲਾਈ ਕਰ ਰਹੇ ਹੈਂ ਕੋਈ ਸੈਨ ਡੀਏਗੋ ਸੇ ਫਲਾਈ ਕਰ ਰਹੇ ਹੈਂ ਤੋ ਯੇ ਸਹੀ ਟਾਈਮ ਹੈ ਕਿ ਉਸ ਪਲਾਨ ਕਰਨੇ ਕੇ ਲੀਏ ਤੋ ਅਗਰ ਆਪਕੋ 40 ਟਿਕਟ ਸਾਥ ਮੇਂ ਚਾਹੀਏ ਜਾਂ 50 ਟਿਕਟ ਸਾਥ ਮੇਂ ਚਾਹੀਏ ਤੋ ਯੇ ਦਿਸ ਇਜ਼ ਅ ਗੁੱਡ ਟਾਈਮ ਟੂ ਕਾਲ ਅਸ ਟੂ ਗੈਟ ਆਲ ਦੋਜ਼ ਸੀਟਸ ਟੁਗੈਦਰ ਸੋ ਯੂ ਕੈਨ ਸਿਟ ਵਿਦ ਯੋਰ ਫੈਮਿਲੀ ਐਂਡ ਫਰੈਂਡਸ ਹਾਂਜੀ ਬਿਲਕੁਲ ਜੀ ਤੇ ਜਿਹੜੇ ਮਤਲਬ ਇਕੱਠੇ ਬੈਠਣਾ ਚਾਹੁੰਦੇ ਫੈਮਿਲੀ ਫਿਰ ਬਾਅਦ ਦੇ ਵਿੱਚ ਜਦੋਂ ਟਿਕਟ ਲੇਟ ਲੈਂਦੇ ਆ ਉਦੋਂ ਫਿਰ ਸੀਟ ਕੋਈ ਕਦੀ ਕਈ ਵਾਰ ਕਿਤੇ ਮਿਲਦੀ ਕਈ ਵਾਰ ਕਿਤੇ ਮਿਲਦੀ ਆ ਅਗਰ ਸ਼ੋਅ ਨੂੰ ਸਹੀ ਮਾਨਿਆਂ ਦੇ ਵਿੱਚ ਇੰਜੋਏ ਕਰਨਾ ਤਾਂ ਟਿਕਟ ਸਾਨੂੰ ਪਹਿਲਾਂ ਹੀ ਬੁੱਕ ਕਰਾਉਣੀਆਂ ਪੈਣਗੀਆਂ ਹਾਂਜੀ ਅੱਛਾ ਅਸ਼ਮੀਤ ਕੋਈ ਥੋੜ੍ਹਾ ਜਿਹਾ ਕੋਈ ਦੋ ਬੋਲ ਕਿਸੇ ਗੀਤ ਦੇ ਜ਼ਰੂਰ ਥੋੜ੍ਹਾ ਮਾਹੌਲ ਚੇਂਜ ਕਰੀਏ ਮੈਂ ਤਾਂ ਕਹਿੰਦਾ ਨਵੀਨ ਜੀ ਕੋ ਵੀ ਸੁਣੀਏ ਸ਼ੀ ਕੈਨ ਸਟਾਰਟ ਆਈਲ ਗੈਟ ਇਨਸਪਾਇਰਡ ਐਂਡ ਜੁਆਇਨ ਨਹੀਂ ਪਰ ਮੈਂ ਆਪਣਾ ਗੀਤ ਗਾਵਾਂ ਕਿ ਮੈਂ ਦਿਲਜੀਤ ਦਾ ਗੀਤ ਗਾਵਾਂ ਆਪਣਾ ਸੁਣਾ ਦਿਓ ਦਿਲਜੀਤ ਦੇ ਤਾਂ ਫਿਰ ਉਹਨਾਂ ਨੇ ਵੀ ਸੁਣਾਉਣੇ ਆ ਤੇ ਆਪਾਂ ਦਿਖਾ ਵੀ ਰਹੇ ਨਾਲ ਨਾਲ ਟੀਵੀ ਦੇ ਅੱਛਾ ਤੇ ਮੇਰਾ ਇੱਕ ਗੀਤ ਦੇ ਪਹਿਲੇ ਮੈਂ ਦੋ ਲਾਈਨਾਂ ਸੁਣਾਵਾਂਗੀ ਫਿਰ ਉਹਨਾਂ ਦੇ ਗੀਤ ਦੋ ਲਾਈਨਾਂ ਸੁਣਾਵਾਂਗੀ ਇੱਕ ਮੁੰਡੇ ਵਾਲਾ ਤੇ ਇੱਕ ਕੁੜੀ ਵਾਲਾ ਹਾਂ ਬਤਾ ਠੀਕ ਹੈ ਸੋ ਮੇਰਾ ਗੀਤ ਇਦਾਂ ਹੈ ਤੁਸੀਂ ਸੁਣਿਆ ਹੋਣਾ ਹੈ ਪਹਿਲਾਂ ਕੈਂਟ ਜਿਹਾ ਮੁੰਡਾ ਮੇਰੇ ਤੇ ਮਰਦਾ ਮੇਰੇ ਤੇ ਮਰਦਾ ਮੇਰੇ ਤੇ ਮਰਦਾ ਮਾਰਦਾ ਗੇੜੇ ਹੁਣ ਨੂੰ ਨੇੜੇ ਉਹ ਤਰਲੇ ਕਰਦਾ ਹੈ ਕੈਂਟ ਜਿਹਾ ਮੁੰਡਾ ਮੇਰੇ ਤੇ ਮਰਦਾ ਮੇਰੇ ਤੇ ਮਰਦਾ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਗੀਤ ਤੁਹਾਡਾ ਹਾਂਜੀ ਤੇ ਅਜੇ ਦੂਜਾ ਵੀ ਸੁਣਾਉਣਾ ਪੱਗ ਪੁੱਗ ਵੀ ਸੂਤ ਕੀਤੀ ਸੀ ਪਰ ਨਜ਼ਰ ਹੀ ਨੀ ਮਾਰੀ ਤੁਸੀਂ ਇੱਧਰ ਚਲੋ ਖੈਰ ਇੱਕ ਦੀ ਕਾਲ ਨਾਲ ਨਾਲ ਲੈਣੇ ਜੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਕੌਣ ਬੋਲਦੇ ਜੀ ਕਰਮਜੀਤ ਸਿੰਘ ਜੀ ਸਵਾਲ ਦਾ ਜਵਾਬ ਦੇਣਾ ਸੀਗਾ ਆਪਣੇ ਜੱਗੀ ਸਾਹਿਬ ਮੈਂ ਜੱਗੀ ਬੋਲ ਰਿਹਾ ਜੀ ਨੰਬਰ ਆਪਣਾ ਕਰਮਜੀਤ ਸਿੰਘ ਜੀ ਇੱਕ ਮੈਂ ਤੁਹਾਡਾ ਨੰਬਰ ਵੀ ਨੋਟ ਕਰ ਲਵਾਂ ਇਹ ਕਿਹੜੀ ਜਗ੍ਹਾ ਤੋਂ ਬੋਲਦੇ ਕੈਲੀਫੋਰਨੀਆ ਪਿਟਸਬਰਗ ਜੀ ਪਿਟਸਬਰਗ ਵਾਹ ਜੀ ਵਾਹ ਤੇ ਨੰਬਰ ਵੀ ਤੁਹਾਡਾ ਮੈਂ ਇੱਕ ਮਿੰਟ ਨੋਟ ਕਰ ਲਵਾਂ 925 ਏਰੀਆ ਕੋਡ ਹੈ ਅਤੇ ਬਾਕੀ ਦਾ ਮੈਂ ਵੈਸੇ ਲਿਖ ਲੈਂਦਾ ਠੀਕ ਹੈ ਜੀ ਅੱਸੀ ਸੌ ਛੇ ਹਾਂਜੀ ਦਿਓ ਜੀ ਜਵਾਬ ਹਾਂਜੀ ਅਕਤੂਬਰ 2015 ਵਿੱਚ ਸਿੰਘ ਇਜ਼ ਬਲਿੰਗ ਆਈ ਸੀ ਉਹਨਾਂ ਦੀ ਮੂਵੀ ਸਿੰਘ ਇਜ਼ ਬਲਿੰਗ ਹਾਂਜੀ ਠੀਕ ਹੈ ਜੀ ਮੇਰਾ ਮੇਰਾ ਨੰਬਰ ਸਕਰੀਨ ਤੇ ਆਉਂਦਾ ਰਹਿੰਦਾ ਸੈੱਲ ਨੰਬਰ ਵੀ ਤੇ ਮੈਂ ਤੁਹਾਨੂੰ ਜ਼ਰੂਰ ਤੁਹਾਨੂੰ ਫੋਨ ਕਰਾਂਗਾ ਸਿੰਘ ਇਜ਼ ਬਲਿੰਗ ਠੀਕ ਹੈ ਜੀ ਹਰਕੀਰਤ ਸਿੰਘ ਬੇਟਾ ਕਿਹੜੀ ਕਲਾਸ ਪੜ੍ਹਦੇ ਹੋ ਤੀਜੀ ਚ ਹਾਂ ਬੋਲੋ ਬੇਟੇ ਬੋਲੋ ਕਿੱਥੇ ਚੱਲੇ ਹੋ ਅੱਛਾ ਅੱਛਾ ਤੇ ਦਿਲਜੀਤ ਦਾ ਸ਼ੋਅ ਦੇਖਣਾ ਚਲੋ ਥੈਂਕ ਯੂ ਬੇਟਾ ਥੈਂਕ ਯੂ ਵੈਰੀ ਮੱਚ ਦੇਖੋ ਜੀ ਆਪਣੇ ਮੈਂ ਗੱਲਾਂ ਬਾਤਾਂ ਉਹੀ ਆਪਾਂ ਜ਼ਿਆਦਾ ਪਹਿਲਾਂ ਸ਼ੁਰੂ ਕਰਦੇ ਹੁਣ ਕੰਮ ਹੈਲੋ ਰਾਈਜ਼ਿੰਗ ਸਟਾਰ ਦੇ ਵਿੱਚ ਵੀ ਉਹਨਾਂ ਦਾ ਹਾਂਜੀ ਔਰ ਸਭ ਤੋਂ ਅੱਛੀ ਗੱਲ ਤੇ ਇਹ ਲੱਗੀ ਜੱਗੀ ਜੀ ਤੁਹਾਡੀ ਹਿੰਦੀ ਸੁਣ ਕੇ ਮੈਨੂੰ ਬਹੁਤ ਇੰਜੋਏ ਕੀਤਾ ਬਟ ਵਾਟ ਇਜ਼ ਪੰਜਾਬੀ ਐਕਸੈਂਟ ਇਨ ਹਿੰਦੀ ਮੈਂ ਕਿਹਾ ਜੀ ਹਮ ਤਾਂ ਵਾਣੀ ਡਾਲ ਦਿੱਤੇ ਆ ਹਿੰਦੀ ਬੋਲ ਕੇ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਬਹੁਤ ਇੰਜੋਏ ਕੀਤਾ ਐਨੀਵੇ ਗੁੱਡ ਲੱਕ ਟੂ ਯੂ ਤੁਹਾਡੇ ਸ਼ੋਅ ਵਾਸਤੇ ਅਸੀਂ ਤੇ ਇੱਥੇ ਹੈ ਨਹੀਂ ਟਿਕਟ ਟੁਕਟ ਨਹੀਂ ਕਰ ਲੈ ਸਕਦੇ ਕਿਉਂਕਿ ਅਸੀਂ ਦੂਰ ਆ ਦੂਰ ਹੈਗੇ ਹਾਂਜੀ ਚਲੋ ਹਾਂਜੀ ਥੈਂਕ ਯੂ ਜੀ ਥੈਂਕ ਯੂ ਇੱਕ ਅੱਧੀ ਕਾਲ ਹੋਰ ਲੈ ਕੇ ਆਪਣੇ ਕੋਲ ਬਾਕੀ ਗੱਲਾਂ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲਦੇ ਜੀ
ਜੀ ਮੇਰਾ ਨਾਮ ਸਿਮਰਨ ਆ, ਤੁਸੀਂ ਕੁਐਸਚਨ ਪੁੱਛਿਆ ਸੀਗਾ। ਹਾਂਜੀ ਹਾਂਜੀ ਸੁਮਨ ਜੀ, ਕਿੱਥੋਂ ਬੋਲ ਰਹੇ ਦੱਸਿਓ? ਸਿਮਰਨ ਜੀ, ਮੈਂ ਬਰਕਲੀ ਤੋਂ ਬੋਲਦੀ ਆ, ਕੈਲੀਫੋਰਨੀਆ ਤੋਂ। ਬਰਕਲੀ। ਹਾਂਜੀ ਹਾਂਜੀ ਦੱਸੋ ਜੀ, ਜਵਾਬ ਦੱਸੋ। ਦ ਲਾਈਨ ਆਫ ਪੰਜਾਬ। ਕਿਹੜੀ ਜੀ, ਦੁਬਾਰਾ ਬੋਲਿਓ। ਤੁਸੀਂ ਪੁੱਛਣਾ ਸੀਗਾ ਕਿ ਫਿਲਮ ਦਾ ਨਾਮ, ਪਹਿਲੀ ਫਿਲਮ ਕਿਹੜੀ ਸੀ ਉਹਨਾਂ ਦੀ, ਇਹ ਸਵਾਲ ਪੁੱਛਿਆ ਸੀ ਉਹਨਾਂ ਨੇ। ਦ ਲਾਈਨ ਆਫ ਪੰਜਾਬ। ਦ ਲਾਈਨ ਆਫ ਪੰਜਾਬ, ਠੀਕ ਹੈ ਜੀ। ਵਿਚ ਈਅਰ ਡਿਡ ਇਟ ਕਮ ਇਨ? ਇਹ ਤੁਸੀਂ ਪੁੱਛਿਆ ਹੀ ਨਹੀਂ ਹੈ ਵਿੱਚ। 2011। ਓਕੇ, ਥੈਂਕ ਯੂ, ਵੀ ਵਿਲ ਟੈਲ ਦੀ ਆਨਸਰ ਲੇਟਰ। ਥੈਂਕ ਯੂ ਸਿਮਰਨ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਔਰ ਮੇਰੇ ਖਿਆਲ ਥੋੜਾ ਘੱਟ ਰਹਿ ਜਾਣਾ ਅੱਜ ਸਮਾਂ, ਅਸੀਂ ਜ਼ਰੂਰ ਦੁਬਾਰਾ ਇਹ ਰੱਖਣ ਦੀ ਕੋਸ਼ਿਸ਼ ਕਰਾਂਗੇ ਕੰਟੈਸਟ ਜਿਹੜਾ ਹੈਗਾ। ਫਿਲਹਾਲ ਜਿਹੜੀ ਹੈਗੀ ਜੀ, ਸਾਨੂੰ ਬ੍ਰੇਕ ਲੈਣੀ ਪਏਗੀ। ਬ੍ਰੇਕ ਤੋਂ ਬਾਅਦ ਫਿਰ ਇਹਨਾਂ ਨਾਲ ਗੱਲਾਂ ਪਤਾ ਕਰਾਂਗੇ, ਤੁਹਾਡੀ ਕਾਲਾਂ ਵੀ ਲੈਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਦੇਖਦੇ ਰਹੋ ਜਸਟ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਨਾਲ ਨਾਲ। ਮੈਂ ਹੈਰਾਨ ਹਾਂ, ਦੇਖੋ ਕਾਲਾਂ ਲਾਈਨਾਂ ਸਾਰੀਆਂ ਭਰੀਆਂ ਪਈਆਂ ਦਿਲ ਜੀ। ਆਪਾਂ ਮੇਰੇ ਖਿਆਲ ਦੋ ਕੀ ਕਾਲਾਂ ਹੋਰ ਲੈ ਹੋਣੀਆਂ, ਅਤੇ ਦੁਬਾਰਾ ਆਪਾਂ ਪੂਰਾ ਦਿਨ ਫਿਰ ਰੱਖਾਂਗੇ ਕਿਸ ਦਿਨ ਕਾਲਾਂ ਵਾਸਤੇ। ਹੈਲੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਜੱਗੀ ਭਾਜੀ ਨਾਲ ਗੱਲ ਹੋ ਸਕਦੀ? ਮੈਂ ਬੋਲ ਰਿਹਾ ਭਾਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਸੁਰਜੀਤ ਜੀ ਕਿਹੜੀ ਜਗ੍ਹਾ ਤੋਂ? ਮੈਂ ਤੁਹਾਡੇ, ਮੈਂ ਕੈਲੀਫੋਰਨੀਆ, ਰਿਚਮੋਂਡ ਕੈਲੀਫੋਰਨੀਆ ਤੋਂ। ਹਾਂਜੀ, ਤੇ ਤੁਹਾਡੇ ਸਵਾਲ ਦਾ ਜਵਾਬ ਦੇਣਾ ਸੀਗਾ ਜੀ। ਜੀ ਜ਼ਰੂਰ ਜ਼ਰੂਰ ਦੱਸੋ। ਹਾਂਜੀ, ਉਹਦਾ ਹੈਗਾ ਹੈ ਜੀ 2011 ਦੇ ਵਿੱਚ ਦੀ ਲਾਈਨ ਆਫ ਪੰਜਾਬ ਆਈ ਸੀ। ਅੱਛਾ, ਤੁਹਾਡਾ ਵੀ ਜਵਾਬ ਬਿਲਕੁਲ ਸਹੀ ਆ। ਹਾਂਜੀ, ਤੇ ਅੱਛਾ, ਤੇ 2011 ਚ ਆਈ ਸੀ ਤੇ ਇਹਦੇ ਲਾਈਨ ਆਫ ਪੰਜਾਬ, ਠੀਕ ਹੈ। ਹਾਂਜੀ, ਚਲੋ ਅਸੀਂ ਹੁਣ ਜਿਹੜਾ ਇਹ ਟਿਕਟ ਦੇਣੀ ਆ, ਸਾਡੇ ਕੋਲ ਦੋ ਨਾਮ ਸਹੀ ਆਏ ਨੇ। ਹਾਂਜੀ, ਅਸੀਂ ਹੁਣੇ ਹੀ ਇਹਨੂੰ ਕਰਕੇ ਨੰਬਰ ਤੁਹਾਡਾ ਨੋਟ ਕਰ ਲਿਆ, ਅਸੀਂ ਹੁਣੇ ਹੀ ਦੋ ਪਰਚੀਆਂ ਪਾ ਕੇ ਤੇ ਇੱਕ ਕਾਲ ਹੋਰ ਲੈਂਦੇ ਹਾਂ। ਜੇ ਉਹਨਾਂ ਦਾ ਵੀ ਸਹੀ ਹੋਇਆ ਤਾਂ ਫਿਰ ਅਸੀਂ, ਉਹਨਾਂ ਦਾ ਹੁਣ ਸਹੀ ਹੋਣਾ ਆਪਾਂ ਦੱਸ ਦਿੱਤਾ। ਹੈਲੋ 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 ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਰਜੀਤ ਸੰਧੂ ਆ। ਹਾਂਜੀ ਸੁਰਜੀਤ ਜੀ। ਹਾਂਜੀ, ਮੈਂ LA ਤੋਂ ਬੋਲ ਰਹੀ ਹਾਂ। ਅੱਛਾ, ਹਾਂਜੀ, ਤੇ ਮੈਂ ਜਵਾਬ ਦੇਣਾ ਸੀਗਾ ਉਹਨਾਂ ਦੇ ਕੁਐਸਚਨ ਦਾ। ਅੱਛਾ ਜੀ, ਹਾਂਜੀ ਬੋਲੋ। ਹਾਂਜੀ, ਲਾਇਨ ਆਫ ਪੰਜਾਬ ਤੇ ਫੈਬਰੀ 11th 2011। ਫਰਵਰੀ ਦਾ ਇਹਨਾਂ ਨੇ ਫਰਵਰੀ ਨਾਲ ਦੱਸਿਆ, ਚਲੋ ਚੰਗੀ ਗੱਲ ਹੈ ਜੀ। ਤੁਸੀਂ ਮੇਰੇ ਕੋਲ ਜੇ ਸੁਣ ਕੇ ਦੱਸਿਆ ਤਾਂ ਮੈਂ ਅੱਧੀ ਟਿਕਟ ਮੈਂ ਲੈ ਲਈ। ਸੁਖਜੀਤ ਜੀ, ਜੇ ਤੁਹਾਨੂੰ ਟਿਕਟਾਂ ਮਿਲਣ ਤੇ ਤੁਸੀਂ LA ਤੋਂ ਆਓਗੇ ਇੱਥੇ? ਓ ਡੈਫੀਨਿਟਲੀ, ਆਈ ਲਵ ਵਾਚਿੰਗ ਸ਼ੋਜ਼, ਬਾਲੀਵੁੱਡ ਦੇ ਸ਼ੋਜ਼ ਵੀ ਅਸੀਂ ਜਾਂਦੇ ਹੁੰਦੇ ਆ, ਐਂਡ ਆਈ ਵਿਸ਼ LA ਚ ਕਈ ਅਗਰ ਆਪ ਸ਼ੋ ਕਰੇ ਤੋ ਕਿਤਨਾ ਅੱਛਾ ਹੋ। ਜੀ ਜੀ ਜੀ, ਠੀਕ ਹੈ। LA ਵੀ ਆਉਣ ਵਾਲੇ ਸਮੇਂ ਚ ਕਰਨਗੇ ਜੀ, ਹੁਣ ਤੁਸੀਂ ਇੱਥੇ ਜ਼ਰੂਰ ਆਓ। ਹਾਂ ਜੀ, ਓਕਲੈਂਡ ਦੇ ਵਿੱਚ। ਦਿਲਜੀਤ ਭਾਜੀ ਚਾਹਤੇ ਹੈ ਕਿ ਸਾਰੀ ਪੰਜਾਬੀ ਕਮਿਊਨਿਟੀ ਕੈਲੀਫੋਰਨੀਆ ਸੇ ਇੱਕ ਸਾਥ ਉਹਨੇ ਦੇਖਨੇ ਆਏ। ਬਿਲਕੁਲ, ਡੈਫੀਨੇਟਲੀ ਹਮ ਆਪਣੇ ਪਰਿਵਾਰ ਕੇ ਸਾਥ ਆਏਗੇ। ਚਲੋ ਮਿਹਰਬਾਨੀ ਜੀ, ਟਿਕਟ ਵਾਸਤੇ ਮੈਂ ਨੰਬਰ ਤੁਹਾਡਾ ਨੋਟ ਕਰ ਲਿਆ ਤੇ ਤੁਹਾਨੂੰ ਫੋਨ ਕਰਦੇ ਹਾਂ ਜ਼ਰੂਰ। ਅਸੀਂ ਹੁਣ ਤੁਹਾਨੂੰ ਡਰਾ ਕਰਨਾ ਪੈਣਾ, ਤਿੰਨਾਂ ਤੋਂ ਸਮਾਂ ਬਹੁਤ ਥੋੜ੍ਹਾ। ਠੀਕ ਹੈ ਜੀ, ਟਿਕਟ ਕਾਲਾ ਹੋਰ ਨਹੀਂ ਲੈ ਹੋਣੀਆਂ, ਮੈਂ ਮੁਆਫੀ ਚਾਹੁੰਦਾ ਸਾਡੇ ਦਰਸ਼ਕਾਂ ਕੋਲ। ਅਸੀਂ ਇੱਕ ਦਿਨ ਪ੍ਰੋਗਰਾਮ ਪੂਰਾ ਬਿਲਕੁਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਸੀਂ ਟੋਟਲ ਇਹੀ ਰੱਖਾਂਗੇ, ਸਵਾਲ ਰੱਖਾਂਗੇ ਤੇ ਟਿਕਟ ਦੇਵਾਂਗੇ। ਬਿਲਕੁਲ, ਠੀਕ ਹੈ। ਆਪਣੀਆਂ ਗੱਲਾਂ ਜਿਹੜੀਆਂ ਜੀ ਦੇਤੀਆਂ ਅੱਜ, ਹੁਣ ਆਪਾਂ ਕਾਲਾ ਹੋਰ ਨਹੀਂ ਲੈ ਹੋਈਆਂ, ਇਨਫੋਰਮੇਸ਼ਨ ਬਹੁਤ ਜ਼ਰੂਰੀ ਹੈ ਨਵੀਨ। ਬਿਲਕੁਲ ਜੀ, ਇੱਕ ਵਾਰ ਫਿਰ ਜਿਹੜੀ ਹੈਗੀ ਸਾਡੇ ਦਰਸ਼ਕਾਂ ਨੂੰ ਮੈਂ ਕਹਿੰਦਾ, ਇਨਫੋਰਮੇਸ਼ਨ ਜਿਹੜੀ ਹੈ ਉਹ ਸ਼ੋਅ ਬਾਰੇ, ਇੱਕ ਤਾਂ ਨੰਬਰ ਆ ਗਿਆ ਤੁਹਾਡਾ ਜੀ, ਠੀਕ ਹੈ, 408-409-83 ਜੀ, ਔਰ ਹਾਂਜੀ, ਔਰ ਵੈਬਸਾਈਟ ਹੋ ਗਈ sulekha.com/diljeet, sulekha.com/diljeet, ਜਾਂ ਤਾਂ ਜੋ ਵੀ ਲਿਸਨਰਸ ਵਿਊਅਰਸ ਹੈ ਸੈਕਰਮੈਂਟੋ ਜਾਂ ਯੂਬਾ ਸਿਟੀ ਮੈਂ, ਅਗਰ ਉਹ ਇਨ ਪਰਸਨ ਟਿਕਟਸ ਖਰੀਦਣਾ ਚਾਹਤੇ ਹੈ, ਆਪ ਜਾ ਸਕਤੇ ਹੋ ਚਿੰਨਾ ਜਵੈਲਰਸ ਇਨ ਸੈਕਰਮੈਂਟੋ ਜੀ। ਸੋ ਚਿੰਨਾ ਜਵੈਲਰਸ ਇਨ ਸੈਕਰਮੈਂਟੋ ਹੈਜ਼ ਸਮ ਟਿਕਟਸ ਔਨ ਦਾ ਫਲੋਰ ਐਜ਼ ਵੈਲ ਐਜ਼ ਲੋਅਰ ਸੈਕਸ਼ਨਸ, ਸੋ ਯੂ ਕੈਨ ਵਿਜ਼ਿਟ ਚਿੰਨਾ ਜਵੈਲਰਸ ਇਨ ਸੈਕਰਮੈਂਟੋ ਟੂ ਬਾਏ ਟਿਕਟਸ ਇਨ ਪਰਸਨ ਐਜ਼ ਵੈਲ। ਸੋ ਮੈਂ ਵੀ ਇਹ ਕਹਿਣਾ ਚਾਹਾਂਗੀ ਕਿ September 7 ਇਜ਼ ਦਾ ਡੇਟ, ਓਕਲੈਂਡ ਅਰੀਨਾ, ਓਕਲੈਂਡ ਦੇ ਵਿੱਚ ਸਾਡਾ ਜਿਹੜਾ ਪੰਜਾਬੀ ਸ਼ੇਰ ਹੈ ਉਹ ਗੱਜੇਗਾ, ਤੇ ਤੁਸੀਂ ਸਾਰੇ ਪਹੁੰਚੋ, ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਅਸੀਂ ਜੀ ਜੀ। ਤੇ ਅੱਛਾ, ਹੋਰ ਕੀ ਕਹਿਣਾ ਚਾਹੁੰਦੇ ਜਿਹੜੇ ਦਰਸ਼ਕ ਦੂਰੋਂ ਨੇੜੇ ਆਉਣ ਵਾਲੇ ਹੈਗੇ? ਇੱਕ ਕੁਐਸਚਨ ਐਡ ਦੇ ਵਿੱਚ ਮੈਂ ਦੇਖਿਆ ਸੀ ਜੀ ਕਿ ਉਹ ਅਗਰ ਤੁਸੀਂ ਫਲਾਈ ਕਰਨਾ ਚਾਹੁੰਦੇ ਹੋ, ਕੋਈ ਸਪੈਸ਼ਲ ਕੋਈ ਉਹਦੇ ਵਾਸਤੇ ਹੈਗਾ, ਕੋਈ ਫਲਾਈ ਕਰਕੇ ਕਰਾਉਂਦਾ? ਹਾਂਜੀ, ਸੋ ਹਮਨੇ ਪਾਰਟਨਰਸ਼ਿਪ ਕੀ ਹੋਈ ਹੈ ਕੰਪਨੀ ਜੀ ਕੰਪਨੀ ਕੇ ਸਾਥ, ਟਰੈਵਲਪੋਡ, travelopod.com, ਲੇਕਿਨ ਆਪਨੇ ਜੋ ਨੰਬਰ ਦਿਆ ਥਾ 408-409-8331, ਅਗਰ ਆਪ ਉਸ ਨੰਬਰ ਪੇ ਕਾਲ ਕਰਤੇ ਹੋ, ਦੇਰ ਆਰ ਸਪੈਸ਼ਲ FAs ਦੈਟ ਟਰੈਵਲਪੋਡ ਵਿਲ ਬੀ ਗਿਵਿੰਗ, ਤੋ ਆਪ ਅਗਰ ਹਮੇ ਕਾਲ ਕਰਤੇ ਹੋ,
we can give you the best airfares if you're flying from Los Angeles or San Diego or Arizona. You can ask about the best airfares available. जी जी अच्छा अश्विन जी समा है नहीं वैसे पर फिर भी मैं जरा समा अगले प्रोग्राम का चोरी बिचो कर लेना थोड़ा जा तो एक कुड़ी जरूर दो लाइन सुनाऊंगा जी 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 जो के मैं साडे दर्शकों को पता होगा शिव कुमार बटालवी साहब का गीत लिखा ये भी बहुत घट कलाकार ने जेडे साडे एहो जे गीतकारां नू एहो जे राइटरां नू गाउंदे ने जी सो दिलजीत ने गाया है जी दिलजीत जी ने गाया ते हुन मैं तुहानू दो लाइनां सुना रही हां जी एक कुड़ी जिदा ना मोहब्बत गुम है हो साध मुरादी सोनी भगत गुम है चलो खैर बड़ी मेहरबानी तुहाडी मैं साडे दर्शक जिहड़े घर च बैठे ने टिकटां वास्ते तुसीं संपर्क कर सकदे हो नंबर असीं बार बार दस्सिया भी है ऐड भी चलदी प्रोग्राम ते ऑनलाइन भी जा सकदे हो ते मेरा नंबर भी आउंदा कोई इनफॉर्मेशन चाहीदी होवे वैसे तां नवीन जी का नंबर जो है उन्हों का जो भी है फ्लाई करना कितने आना तो वो नंबर से तुम्हें ज़्यादा जानकारी मिल सकती है फिर भी कोई जानकारी चाहिए हो तो मैं इन्हों सीधा संपर्क कर सकता तो मैं गलबात इन्हों कर सकता बाकी बहुत बहुत धन्यवाद घर बैठे दर्शकों का भी कोई भी गलबात हो इनफॉर्मेशन लैनी होमेल कर सकते हो जगी एट जस ब्रॉडकास्टिंग डॉट कॉम या फिर इनफो एट जस ब्रॉडकास्टिंग डॉट कॉम फोन नंबर मेरा सैल नंबर तुहाडे कोल हैगा ही है सारे को फिर भी एक बार तुहाडा बहुत बहुत धन्यवाद तो नाल दी नाल नवीन जी ते अश्विन जी तुहाडा बहुत बहुत धन्यवाद प्यार भरी सत श्री अकाल जी